प्यारे विद्यार्थियों YouTube चैनल लर्नर्स बुहाते एक बार फिर ਤੁਹਾਡਾ ਸਵਾਗਤ ਹੈ ਬੇਟਾ ਇਸ ਚੈਨਲ ਦੇ थ्रू ਤੁਸੀਂ ਵੱਖ-ਵੱਖ ਸਬਜੈਕਟ ਜਿਵੇਂ ਮੈਥਮੈਟਿਕਸ ਬਾਇਓਲੋਜੀ এনवायरमेंट एजुकेशन ਪੜ ਰਹੇ ਹੋ ਮੈਂ ਪਰਮੇਂਦਰ ਤਾਂਗੜੀ ਤੁਹਾਨੂੰ ਇਸ ਚੈਨਲ ਦੇ थ्रू ਬਾਇਓਲੋਜੀ ਦੀਆਂ ਕਲਾਸਾਂ ਦੇ ਰਿਹਾ ਹਾਂ ਤਾਂ ਬੇਟਾ ਬਾਇਓਲੋਜੀ ਸਬਜੈਕਟ ਦੇ ਵਿੱਚ ਅਸੀਂ 10+2 ਦਾ ਜੋ ਫਰਸਟ ਯੂਨਿਟ ਹੈ ਉਸ ਦਾ ਅੱਜ ਚੈਪਟਰ 4 ਰੀਪਰੋਡਕਟਿਵ ਹੈਲਥ ਪੜਨਾ ਹੈ ਇਸ ਚੈਪਟਰ ਨੂੰ ਮੈਂ ਜਿਹੜੇ ਨੋਟਸਸ ਦੇ ਵਿੱਚੋਂ ਕਰਵਾ ਰਹੇ ਹਾਂ ਤੁਹਾਨੂੰ ਨਾਲ ਦੀ ਨਾਲ ਬੇਟਾ ਜਿਹੜਾ ਹੈਗਾ ਗਰੁੱਪ ਦੇ ਵਿੱਚ ਇਸ ਦਾ ਪੀਡੀਐਫ ਵੀ ਮਿਲ ਜਾਣਾ ਤੁਸੀਂ ਚੈਪਟਰ ਨੂੰ ਧਿਆਨ ਨਾਲ ਸੁਣਨਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਪੀਡੀਐਫ ਤੋਂ ਰੀਡ ਕਰਨਾ ਹੈ ਸੋ ਹੁਣ ਬੇਟਾ ਅਸੀਂ ਸਟਾਰਟ ਕਰ ਰਹੇ ਹਾਂ ਸਾਡਾ ਚੈਪਟਰ ਰੀਪ੍ਰੋਡਕਟਿਵ ਹੈਲਥ ਤਾਂ ਬੇਟਾ ਜੀ ਰੀਪ੍ਰੋਡਕਟਿਵ ਹੈਲਥ ਦੀ ਗੱਲ ਕਰੀਏ ਓਡਬਲਯੂ ਐਚਓ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਜੋ ਇੱਕ ਵਧੀਆ ਰੀਪਰੋਡਕਟਿਵ ਹੈਲਥ ਦੇ ਸਟੈਂਡਰਡਸ ਜੋ ਉਹਨਾਂ ਨੇ ਬਟਾ ਨਿਰਧਾਰਿਤ ਕੀਤੇ ਐ ਤਾਂ ਉਹਨਾਂ ਨੇ ਇਸ ਦੇ ਵਿੱਚ ਕਿਹਾ ਹੈ ਕਿ ਰੀਪਰੋਡਕਟਿਵ ਸਿਸਟਮ ਦਾ ਫਿਜ਼ੀਕਲ ਵੈਲਬੀਂਗ ਇਮੋਸ਼ਨਲ ਵੈਲਬੀਂਗ ਬਿਹੇਵੀਅਰਲ ਵੈਲਬੀਂਗ ਐਂਡ ਸੋਸ਼ੀਅਲ ਵੈਲਬੀਂਗ ਹੋਣਾ ਸੋ ਜੇ ਅਸੀਂ ਸਾਰੇ ਇਹਨਾਂ ਅਸਪੈਕਟਸ ਸੋ ਸਟਰੋਂਗ ਹੈਗੇ ਫੇਰ ਹੀ ਕਿਸੇ ਪਰਸਨ ਨੂੰ ਅਸੀਂ ਬਟਾ ਇੱਕ ਹੈਲਦੀ ਪਰਸਨ ਬੋਲ ਸਕਦੇ ਹਾਂ ਤਾਂ ਹੁਣ ਬਟਾ ਜਿਹੜੀ ਜੀ ਰੀਪਰੋਡਕਟਿਵ ਹੈਲਥ ਦੇ ਅਲੱਗ-ਅਲੱਗ ਜੋ ਕ੍ਰਾਈਟੇਰੀਆਜ਼ ਡਿਸਾਈਡ ਕੀਤੇ ਗਏ ਐ ਉਸ ਦੇ ਪੁਆਇੰਟ ਆਫ 뷰 ਤੋਂ ਇਸ ਚੈਪਟਰ ਦਾ ਸਿਲੇਬਸ ਸੋਚੀਏ ਤਾਂ ਇਸ ਚੈਪਟਰ ਦੇ ਵਿੱਚ ਬਟਾ ਅਸੀਂ ਜਿੱਥੇ ਰੀਪ੍ਰੋਡਕਟਿਵ ਸਿਸਟਮ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਜੋ ਪ੍ਰੋਬਲਮ ਹੈ 댓 ਇਜ਼ ਪੋਪੂਲੇਸ਼ਨ ਗ੍ਰੋਥ ਉਸ ਦੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਪੋਪੂਲੇਸ਼ਨ ਗ੍ਰੋਥ ਜਿਹੜਾ ਹੈਗਾ ਬਟਾ ਉਹ ਵੱਧਦਾ ਜਾ ਰਿਹਾ ਹੈ ਤੇ ਇਸ ਵਧਦੀ ਹੋਈ ਪੋਪੂਲੇਸ਼ਨ ਨੂੰ ਰੋਕਣ ਦੇ ਲਈ ਸਰਕਾਰ ਨੂੰ ਫੈਮਿਲੀ ਪਲੈਨਿੰਗ ਪ੍ਰੋਗਰਾਮ ਬਣਾਉਣੇ ਪੈ ਰਹੇ ਆ ਤੇ ਜਿਹੜੇ ਬਟਾ ਫੈਮਿਲੀ ਪਲੈਨਿੰਗ ਪ੍ਰੋਗਰਾਮ ਦੇ ਤਹਿਤ ਜਿਹੜਾ ਹੈਗਾ ਅਸੀਂ ਸੋਸਾਇਟੀ ਦੇ ਵਿੱਚ ਵਧੀਆ ਤਰੀਕੇ ਨਾਲ ਵਿਚਾਰ ਸਕੀਏ ਸਭ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਣ ਸੋ ਰੀਪਰੋਡਕਟਿਵ ਸਿਸਟਮ ਦਾ ਸੋਸ਼ਲ ਅਸਪੈਕਟ ਲੈ ਕੇ ਬਟਾ ਅਸੀਂ ਇਸ ਨੂੰ ਸਟੱਡੀ ਕਰਾਂਗੇ ਇਸ ਤੋਂ ਬਾਅਦ ਦੇ ਵਿੱਚ ਬਟਾ ਜੋ ਰੀਪਰੋਡਕਟਿਵ ਸਿਸਟਮ ਦਾ ਜੋ ਫਿਜ਼ੀਕਲ ਅਸਪੈਕਟ ਹੈ ਫਿਜ਼ੀਕਲ ਅਸਪੈਕਟ ਤੋਂ ਬਟਾ ਅਸੀਂ ਇਹ ਗੱਲ ਕਰਾਂਗੇ ਕਿ ਰੀਪਰੋਡਕਟਿਵ ਸਿਸਟਮ ਦੇ ਨਾਲ ਰਿਲੇਟਡ ਕਿਹੜੇ ਕਿਹੜੇ ਡਿਸਆਰਡਰਸ ਹੋ ਸਕਦੇ ਨੇ ਤੇ ਉਹਨਾਂ ਡਿਸਆਰਡਰਸ ਨੂੰ ਕਿਸ ਤਰੀਕੇ ਨਾਲ ਦੂਰ ਕੀਤਾ ਜਾ ਸਕਦਾ ਹੈ ਤਾਂ ਇਸ ਤਰ੍ਹਾਂ ਦੇ ਅਸੀਂ ਅਸਪੈਕਟ ਬਟਾ ਜਿਹੜੇ ਹੈਗੇ ਆ ਪੜਾਂਗੇ ਤਾਂ ਹੁਣ ਬਟਾ ਜਿਹੜਾ ਹੈਗਾ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਰੀਪਰੋਡਕਟਿਵ ਹੈਲਥ ਦੇ ਵਿੱਚ ਕੀ ਕੀ ਸਾਡੀਆਂ ਪ੍ਰੋਬਲਮਸ ਨੇ ਤੇ ਕੀ ਅਸੀਂ ਸਟ੍ਰੈਟੈਜੀਜ਼ ਅਡਾਪਟ ਕੀਤੀਆਂ ਨੇ ਜੇ ਬਟਾ ਇੰਡੀਆ ਦੇ ਕਨਸਰਨ 'ਚ ਗੱਲ ਕੀਤੀ ਜਾਵੇ ਤਾਂ ਇੰਡੀਆ ਨੇ ਰੀਪਰੋਡਕਟਿਵ ਹੈਲਥ ਦੇ ਵਿੱਚ ਜਿਹੜੀਆਂ ਸ਼ੁਰੂ ਦੇ ਵਿੱਚ ਕੰਟਰੀ ਸੀ ਜਿਹੜੀਆਂ ਸ਼ੁਰੂ ਦੇ ਵਿੱਚ ਕੰਟਰੀਜ਼ ਜੁੜੀਆਂ ਸੀ ਉਹਨਾਂ ਦੇ ਵਿੱਚੋਂ ਇੰਡੀਆ ਇੱਕ ਹੈ ਤੇ ਇੰਡੀਆ ਨੇ 1951 ਦੇ ਵਿੱਚ ਹੀ ਇਨੀਸ਼ੀਏਟਿਵ ਲੈਣੀ ਸ਼ੁਰੂ ਕਰ ਦਿੱਤੇ ਸੀਗੇ ਤਾਂ ਕਿ ਅਸੀਂ ਪੋਪੂਲੇਸ਼ਨ ਕੰਟਰੋਲ ਨੂੰ ਜਿਹੜਾ ਹੈਗਾ ਬਟਾ ਉਹ ਕਰ ਸਕੀਏ ਵਾਧੀ ਹੋਈ ਵਾਦੀ ਨੂੰ ਰੋਕ ਸਕੀਏ ਤਾਂ ਰੀਪਰੋਡਕਟਿਵ ਹੈਲਥ ਬਟਾ ਜਿਹੜਾ ਹੈਗਾ ਉਹ ਸੋਸਾਇਟੀ ਦੇ ਵਿੱਚ ਇੱਕ ਬੜਾ ਇੰਪੋਰਟੈਂਟ ਰੋਲ ਪਲੇ ਕਰਦਾ अगेन ਮੈਂ ਗੱਲ ਕਰ ਰਿਹਾ ਕਿ ਅਸੀਂ ਸੋਸ਼ਲ ਐਸਪੈਕਟ ਦੀ ਗੱਲ ਕਰ ਰਹੇ ਹਾਂ ਬਹੁਤ ਸਾਰੇ ਸਾਡੇ ਕੋਲੇ ਬੇਟਾ ਪ੍ਰੋਗਰਾਮਸ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਜੇ ਅਸੀਂ ਸਟ੍ਰੈਟੇਜੀਜ਼ ਦੀ ਗੱਲ ਕਰੀਏ ਤਾਂ ਸਟ੍ਰੈਟੇਜੀਜ਼ ਦੇ ਵਿੱਚ ਸਾਡੇ ਕੋਲੇ ਰੀਪਰੋਡਕਟਿਵ ਐਂਡ ਚਾਈਲਡ ਹੈਲਥ케ਅਰ ਪ੍ਰੋਗਰਾਮਸ ਨੇ ਆਰਸੀਐਚ ਇਹਨਾਂ ਰੀਪਰੋਡਕਟਿਵ ਤੇ ਚਾਈਲਡ ਹੈਲਥ케ਅਰ ਪ੍ਰੋਗਰਾਮਸ ਦੇ ਅੰਡਰ ਬੇਟਾ ਅਸੀਂ ਅਲੱਗ-ਅਲੱਗ ਸਕੀਮਾਂ ਲੈ ਕੇ ਸਰਕਾਰ ਆਉਂਦੀ ਹੈ ਤੇ ਉਹਨਾਂ ਨੂੰ ਅਪਲਾਈ ਕਰਦੀ ਅਲੱਗ-ਅਲੱਗ ਤਰ੍ਹਾਂ ਦੀਆਂ ਸਟ੍ਰੈਟੇਜੀਜ਼ ਅਡਾਪਟ ਕਰਦੀ ਹੈ ਸੋ ਸਰਕਾਰ ਕੀ ਸਟ੍ਰੈਟੇਜੀ ਅਡਾਪਟ ਕਰਦੀ ਹੈ ਜਾਂ ਸਰਕਾਰ ਕਿਹੜੇ-ਕਿਹੜੇ ਮੈਜ਼ਰਸ ਲੈ ਰਹੀ ਹੈ ਤਾਂ ਜੇ ਉਹਨਾਂ ਬੇਟਾ ਮੈਜ਼ਰ ਆਡੀਓ ਵਿਜ਼ੂਅਲ ਐਡਸ ਐਂਡ ਪ੍ਰਿੰਟ ਮੀਡੀਆ ਵੱਤੋ ਵੱਤ ਅਵੇਅਰਨੈਸ ਲਿਆ ਰਹੀ ਹੈ ਸੋ ਜਿਹੜੇ ਬਟਾ ਫੈਮਿਲੀ ਮੈਂਬਰਸ ਨੇ ਕਲੋਜ਼ ਰਿਲੇਟਿਵਸ ਨੇ ਉਹਨਾਂ ਸਾਰਿਆਂ ਨੂੰ ਇਸ ਅਵੇਅਰਨੈਸ ਕੈਂਪੇਨ ਦੇ ਵਿੱਚ ਜੋੜਿਆ ਜਾਂਦਾ ਹੈ ਸੋ ਸਕੂਲਾਂ ਦੇ ਵਿੱਚ ਵੀ ਬਟਾ ਜਿਹੜੀ ਹੈਗੀ ਹੈ ਬਟਾ ਉਹ ਸੈਕਸ ਐਜੂਕੇਸ਼ਨ ਇੰਟਰੋਡਿਊਸ ਕੀਤੀ ਗਈ ਹੈ ਜਿਸ ਨੂੰ ਅਸੀਂ ਬਟਾ ਜਿਹੜਾ ਹੈਗਾ ਅਡਲਟ ਐਜੂਕੇਸ਼ਨ ਦੇ ਨਾਮ ਤੇ ਵੀ ਪੜ੍ਹਦੇ ਆਂ ਸੋ ਜਿਹੜੀ ਸਾਨੂੰ ਰੀਪ੍ਰੋਡਕਟਿਵ ਸਿਸਟਮ ਨਾਲ ਰਿਲੇਟਡ ਪ੍ਰੋਬਲਮਸ ਬਾਰੇ ਦੱਸਦੀ ਹੈ ਦਨ ਬੇਟਾ ਜਿਹੜੀ ਇਸ ਦੀ ਪ੍ਰੋਪਰ ਇਨਫੋਰਮੇਸ਼ਨ ਹੈ ਜਿਵੇਂ ਕਿ ਸਹੀ ਇਨਫੋਰਮੇਸ਼ਨ ਹੈ ਨਾ ਰੀਪ੍ਰੋਡਕਟਿਵ ਆਰਗਨਸ ਦੇ ਬਾਰੇ ਅਡਾਲਸੈਂਸ ਬਾਰੇ ਤੇ ਇਹ ਅਡਾਲਸੈਂਟ ਪੀਰੀਅਡ ਜਿਹੜਾ ਹੈਗਾ ਸਾਡੀ ਉਮਰ ਦਾ ਉਹ ਪੀਰੀਅਡ ਹੈ ਜਦੋਂ ਅਸੀਂ ਚਾਈਲਡਹੂਡ ਤੋਂ ਨਿਕਲ ਕੇ ਅਡਲਟਹੂਡ ਵੱਲ ਜਾਂਦੇ ਹਾਂ ਬਚਪਨ ਤੋਂ ਜਵਾਨੀ ਵੱਲ ਜਾਂਦੇ ਹਾਂ ਤਾਂ ਇਨ ਬਿਟਵੀਨ ਜਿਹੜਾ ਪੀਰੀਅਡ ਆਉਂਦਾ ਹੈ ਅਡਾਲਸੈਂਟ ਪੀਰੀਅਡ ਆਉਂਦਾ ਹੈ ਇਸ ਅਡੋਲਸੈਂਟ ਪੀਰੀਅਡ ਦੇ ਵਿੱਚ ਸਾਡੇ 'ਚ ਬਹੁਤ ਸਾਰੀਆਂ ਬਿਹੇਵੀਅਰਲ ਚੇਂਜਸ ਆਉਂਦੀਆਂ ਨੇ ਰਿਪਰੋਡਕਟਿਵ ਸਿਸਟਮ ਜਿਹੜੇ ਹੈਗੇ ਨੇ ਬਟ ਆ ਉਹ ਮੈਚੁਰ ਹੋ ਜਾਂਦੇ ਨੇ ਪ੍ਰੋਪਰਲੀ ਵਰਕ ਕਰਨਾ ਸ਼ੁਰੂ ਕਰ ਦਿੰਦੇ ਨੇ ਤਾਂ ਇਸ ਏਜ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਕਿ ਮੁੰਡੇ ਤੇ ਕੁੜੀਆਂ ਦੋਨਾਂ ਨੂੰ ਵੇਖਣ ਨੂੰ ਮਿਲਦੀਆਂ ਨੇ ਉਹਨਾਂ ਪ੍ਰੋਬਲਮਸ ਬਾਰੇ ਅਵੇਅਰਨੈਸ ਬਿਟਾ ਲਿਆਉਣਾ ਉਹ ਵੀ ਸਰਕਾਰ ਦਾ ਇੱਕ ਕੰਮ ਹੈਗਾ ਥੈਨ ਜਿਹੜਾ ਹੈਗਾ ਸੇਫ ਤੇ ਹਾਈਜਨਿਕ ਸੈਕਸ਼ੂਅਲ ਪ੍ਰੈਕਟਿਸਸਿਜ਼ ਬਾਰੇ ਦੱਸਣਾ ਥੈਨ ਉਹ ਡਿਜ਼ੀਜ਼ ਜਿਹੜੀਆਂ ਕਿ ਸੈਕਸ਼ੂਅਲੀ ਟ੍ਰਾਂਸਮਿਟਿਡ ਡਿਜ਼ੀਜ਼ਸ ਨੇ ਜਿਵੇਂ ਇਸ ਵਿੱਚ ਐ AIDS ਹੈ ਇਨਰ ਡਿਜ਼ੀਸਸ ਦੀ ਪ੍ਰੋਪਰ ਜਾਣਕਾਰੀ ਦੇਣਾ ਇਹ ਵੀ ਬਟਾ ਜਿਹੜੇ ਹੈਗੇ ਨੇ ਗਵਰਨਮੈਂਟ ਦੇ ਸਟੈਪਸ ਹੈਗੇ ਨੇ ਸੋ ਇਹਦਾ ਮਤਲਬ ਗਵਰਨਮੈਂਟ ਦੋ ਜਗ੍ਹਾ ਦੇ ਉੱਤੇ ਕੰਮ ਕਰਦੀ ਹੈ ਇੱਕ ਤਾਂ ਬਟਾ ਜਿਹੜਾ ਹੈਗਾ ਗਵਰਨਮੈਂਟ ਦਾ ਕੰਪੋਨੈਂਟ ਜਿਹੜਾ ਹੁੰਦਾ ਹੈ ਉਹ ਹੁੰਦਾ ਹੈ ਅਵੇਅਰਨੈਸ ਕੰਪੋਨੈਂਟ ਜਿਹਦੇ ਵਿੱਚ ਕੀ ਹੈ ਕਿ ਉਹ ਜਾਗਰੂਕਤਾ ਫਲਾਉਂਦੀ ਹੈ ਦੂਸਰਾ ਹੁੰਦਾ ਐਕਸ਼ਨ ਕੰਪੋਨੈਂਟ ਜਿਹਦੇ ਵਿੱਚ ਗਵਰਨਮੈਂਟ ਐਕਚੁਅਲ ਦੇ ਵਿੱਚ ਆ ਕੇ ਆਪਣੀਆਂ ਸਕੀਮਾਂ ਦੇ ਥਰੂ ਬਟਾ ਜਿਹੜਾ ਹੈਗਾ ਸੈਕਸ਼ੂਅਲ ਰਿਪਰੋਡਕਸ਼ਨ ਜਿਹੜੀ ਰਿਪਰੋਡਕਟਿਵ ਹੈਲਥ ਹੈ ਉਸ ਨੂੰ ਮੇਨਟੇ ਦੀ ਰੀਪਰੋਡਕਟਿਵ ਹੈਲਥ ਦੇ ਨਾਲ ਰਿਲੇਟਡ ਇਸ ਸੋਸ਼ਲ ਇਸ਼ੂਸ ਦੇ ਨਾਲ ਰਿਲੇਟਡ ਇੱਕ ਟੈਕਨੀਕ ਬਟਾ ਅਸੀਂ ਇੱਥੇ ਸਟੱਡੀ ਕਰਨ ਜਾ ਰਹੇ ਹਾਂ ਐਮਨੀਓਸੈਂਟੇਸਿਸ ਐਗਜ਼ਾਮੀਨੇਸ਼ਨ ਪੈਟ ਹੋ ਵੀ ਤੋਂ ਦੇਖਿਆ ਜਾਵੇ ਇਸ ਚੈਪਟਰ ਦੇ ਵਿੱਚੋਂ ਸਾਨੂੰ 3 ਨੰਬਰ ਦਾ ਇੱਕ ਕੁਐਸਚਨ ਆਉਣਾ ਹੈ 1 ਨੰਬਰ ਦਾ ਇੱਕ ਕੁਐਸਚਨ ਆਉਣਾ ਹੈ ਜਿਹੜਾ 1 ਨੰਬਰ ਦਾ ਇੱਕ ਕੁਐਸਚਨ ਹੈ ਬਟਾ ਚੁਆਇਸ ਦਾ ਕੁਐਸਚਨ ਹੈ ਉਸ ਦਾ ਦੂਸਰਾ ਕੁਐਸਚਨ ਤੁਹਾਨੂੰ ਜਿਹੜਾ ਹੈਗਾ ਬਟਾ ਉਹ ਚੈਪਟਰ ਨੰਬਰ 3 ਦੇ ਵਿੱਚੋਂ ਮਿਲੂਗਾ ਇੱਕ ਕੁਐਸਚਨ ਜਿਹੜਾ 4th ਚੋਂ ਮਿਲੂਗਾ ਇਸ ਦਾ ਆਵਦਾ ਜੋ 3 ਨੰਬਰ ਦਾ ਕੁਐਸਚਨ ਹੈ ਉਸ ਪੁਆਇੰਟ ਆਫ 뷰 ਤੋਂ ਇਹ ਬਟਾ ਕੁਐਸਚਨ ਬਹੁਤ ਇੰਪੋਰਟੈਂਟ ਹੈ ਕਿ ਐਮਨੀਓਸੈਂਟੇਸਿਸ ਕੀ ਹੁੰਦੀ ਹੈ ਐਮਨੀਓਸੈਂਟੇਸਿਸ ਐਕਚੁਅਲ ਤਾਂ ਕੀ ਟੈਕਨੀਕ ਹੈ ਬਟਾ ਅਸੀਂ ਦੇਖਦੇ ਹਾਂ ਕਿ ਜਦੋਂ ਇੱਕ ਬੱਚਾ ਇੱਕ ਫੀਟਸ ਜਿਹੜਾ ਹੈਗਾ ਡਿਵੈਲਪ ਹੋ ਰਿਹਾ ਹੈ ਮਦਰ ਦੀ ਬਾਡੀ ਦੇ ਵਿੱਚ ਡਿਵੈਲਪ ਹੋ ਰਿਹਾ ਹੈ ਤਾਂ ਉਹ ਇੱਕ ਕੈਵਿਟੀ ਦੇ ਵਿੱਚ ਹੁੰਦਾ ਹੈ ਜਿਹੜੀ ਕੈਵਿਟੀ ਨੂੰ ਅਸੀਂ ਬੋਲਦੇ ਹਾਂ ਬਟਾ ਐਮਨੀਓਟਿਕ ਕੈਵਿਟੀ ਉਸ ਐਮਨੀਓਟਿਕ ਕੈਵਿਟੀ ਦੇ ਵਿੱਚ ਇੱਕ ਫਲੂਇਡ ਹੁੰਦਾ ਜਿਹਨੂੰ ਐਮਨੀਓਟਿਕ ਫਲੂਇਡ ਕਹਿੰਦੇ ਆ ਅਸੀਂ ਉਸ ਐਮਨੀਓਟਿਕ ਫਲੂਇਡ ਨੂੰ ਬਟਾ ਜਿਹੜਾ ਹੈਗਾ ਇਨ ਸੱਕ ਕਰਕੇ ਬਾਹਰ ਕੱਢ ਲੈਨੇ ਹੈ ਫਲੂਇਡ ਜਿਹੜਾ ਹੈਗਾ ਐਮਨੀਓਟਿਕ ਫਲੂਇਡ ਬਾਹਰ ਆ ਗਿਆ ਇਸ ਐਮਨੀਓਟਿਕ ਫਲੂਇਡ ਦੇ ਵਿੱਚ ਡੈਫੀਨਿਟ ਜੀ ਗੱਲ ਹੈ ਕਿਉਂਕਿ ਇਸ ਐਮਨੀਓਟਿਕ ਫਲੂਇਡ ਦੇ ਵਿੱਚ ਹੀ ਜਿਹੜਾ ਹੈਗਾ ਬੇਬੀ ਗਰੋ ਕਰ ਰਿਹਾ ਹੈ ਤਾਂ ਇਸ ਐਮਨੀਓਟਿਕ ਫਲੂਇਡ ਦੇ ਵਿੱਚ ਬੱਚੇ ਦੇ ਸੈਲਜ਼ ਜ਼ਰੂਰ ਆਗੇ ਹੋਣਗੇ ਜਿਹੜਾ ਬੱਚਾ ਕੇ ਮਦਰ ਦੀ ਫੀਟਸ ਦੇ ਵਿੱਚ ਡਿਵੈਲਪ ਹੋ ਰਿਹਾ ਹੈ ਤਾਂ ਅਸੀਂ ਜਦੋਂ ਇਹਨਾਂ ਸੈਲਜ਼ ਨੂੰ ਸਟੱਡੀ ਕਰਦੇ ਹਾਂ ਇਹਨਾਂ ਸੈਲਜ਼ ਨੂੰ ਸਟੱਡੀ ਕਰਕੇ ਅਸੀਂ ਉਸ ਬੱਚੇ ਦੇ ਵਿੱਚ ਜੇ ਕੋਈ ਅਬਨਾਰਮਲिटीज ਹੈਗੀਆਂ ਨੇ क्रोमोसोमल एनॉर्मेलिटीज ਨੇ ਉਸ ਨੂੰ ਅਸੀਂ ਸਟੱਡੀ ਕਰ ਸਕਦੇ ਹਾਂ ਕਹਿੰਦਾ ਮਤਲਬ ਬੱਚੇ ਦੇ ਬਰਥ ਹੋਣ ਤੋਂ ਪਹਿਲਾਂ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿਤੇ ਉਸ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਅਬਨਾਰਮਲਟੀ ਤਾਂ ਨਹੀਂ ਹੈ ਤਾਂ ਇਹ ਟੈਕਨੀਕ ਐਮਨਿਓਸੈਂਟੇਸਿਸ ਸੋ ਬਹੁਤ ਅੱਛੀ ਟੈਕਨੀਕ ਹੈ ਬਹੁਤ ਜ਼ਿਆਦਾ ਯੂਸਫੁਲ ਟੈਕਨੀਕ ਹੈ ਬਟ ਬੇਟਾ ਜਿਹੜੀ ਹੈਗੀ ਬਹੁਤ ਅਫਸੋਸ ਦੀ ਗੱਲ ਹੈ ਕਿ ਇਸ ਟੈਕਨੀਕ ਦਾ ਮਿਸਯੂਜ਼ ਹੋ ਰਿਹਾ ਹੈ ਪੁੱਛ ਸਕਦੇ ਨੇ ਕਿ ਐਮਨਿਓਸੈਂਟੇਸਿਸ ਟੈਕਨੀਕ ਕੀ ਹੈ ਤੇ ਇਸ ਦੇ ਮਿਸਯੂਜ਼ ਕਿਵੇਂ ਹੋ ਰਿਹਾ ਹੈ ਬਹੁਤ ਇੰਪੋਰਟੈਂਟ ਗੱਲ ਹੈ ਇਹ ਮਿਸਯੂਜ਼ ਬੇਟਾ ਇਸ ਤਰੀਕੇ ਨਾਲ ਹੋ ਰਿਹਾ ਹੈ ਜਿੱਮੇ ਮੈਂ ਤੁਹਾਨੂੰ ਦੱਸਿਆ ਕਿ ਉਸਨੇ ਫੀਟਸ ਦੇ ਸੈਲਸ ਬਾਹਰ ਲੈ ਕੇ ਆ ਗਿਆ ਫੀਟਸ ਦੇ ਸੈਲਸ ਨੂੰ ਜਦੋਂ ਅਸੀਂ ਕਰੋਮੋਸੋਮਲ ਅਬਨਾਰਮਲिटीज ਬਾਰੇ ਸਟੱਡੀ ਕਰਾਂਗੇ ਤਾਂ ਉਹਨਾਂ ਫੀਟਸ ਦੇ ਸੈਲਸ ਤੋਂ ਅਸੀਂ ਫਿਰ ਸੈਕਸ ਟਰਮੀਨੇਸ਼ਨ ਵੀ ਦਾ ਕਰ ਸਕਦੇ ਹਾਂ ਉਸ ਤੋਂ ਇਹ ਅੰਦਾਜ਼ਾ ਵੀ ਤਾਂ ਲਗਾਇਆ ਜਾ ਸਕਦਾ ਹੈ ਕਿ ਫੀਟਸ ਦਾ ਸੈਕਸ ਕੀ ਹੈ ਕਿ ਉਹ ਮੇਲ ਹੈ ਕਿ ਫੀਮੇਲ ਹੈ ਤਾਂ ਇਹ ਸਾਡੇ ਦੇਸ਼ ਦੇ ਵਿੱਚ ਇੱਕ ਬਹੁਤ ਵੱਡਾ ਇਸ਼ੂ ਹੈ ਕਿ ਵਰਤ ਤੋਂ ਪਹਿਲਾਂ ਹੀ ਜਿਹੜਾ ਹੈਗਾ ਬੱਚੇ ਦਾ ਚਾਈਲਡ ਬੱਚੇ ਦਾ ਸੈਕਸ ਜਿਹੜਾ ਹੈਗਾ ਉਹ ਡਿਟਰਮਿਨ ਕਰ ਲੈਣਾ ਸੋ ਸੈਕਸ ਡਿਟਰਮੀਨੇਸ਼ਨ ਦੀ ਟੈਕਨੀਕ ਦੇ ਤੌਰ ਤੇ ਜਦੋਂ ਅਸੀਂ ਇਸ ਨੂੰ ਵਰਤਦੇ ਹਾਂ ਤਾਂ ਇਹ ਇਸ ਦਾ ਮਿਸਯੂਜ਼ ਹੋ ਗਿਆ ਥੈਟਸ ਵਾਈ ਬਟਾ ਜੋ ਐਮਨਿਓਸੈਂਟੇਸਿਸ ਦੀ ਟੈਕਨੀਕ ਜਿਹੜੀ ਹੈਗੀ ਹੈ ਬਟਾ ਉਸ ਨੂੰ ਜਿਹੜਾ ਹੈਗਾ ਇਸ ਤਰੀਕੇ ਨਾਲ ਅਸੀਂ ਖੁੱਲੇ ਆਮ ਜਿਹੜੇ ਹੈਗੇ ਨੇ ਡਾਕਟਰਸ ਜਿਹੜੇ ਹੈਗੇ ਨੇ ਉਹ ਪ੍ਰੈਕਟਾਈਜ਼ ਨਹੀਂ ਕਰ ਸਕਦੇ ਸੋ ਇਹ ਹੈ ਬਟਾ ਟੈਕਨੀਕ ਐਮਨਿਓਸੈਂਟੇਸਿਸ ਟੈਕਨੀਕ ਕੀ ਹੈ ਉਹਦਾ ਯੂਜ਼ ਕੀ ਹੈ ਤੇ ਉਸ ਮਿਸਯੂਜ਼ ਕੀ ਹੈ ਦੋਨੋ ਬੇਟਾ ਤੁਹਾਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਅਸੀਂ ਜਾਣਦੇ ਹਾਂ ਸਾਡਾ ਅਗਲਾ ਟੌਪਿਕ ਜਿਹੜਾ ਹੈਗਾ ਬੇਟਾ ਉਹ ਹੈ ਪੋਪੂਲੇਸ਼ਨ ਐਕਸਪਲੋਜ਼ਨ ਐਂਡ ਬਰਥ ਕੰਟਰੋਲ ਤਾਂ ਬੇਟਾ ਜੇ ਮੈਂ ਪਹਿਲੀ ਗੱਲ ਕੀਤੀ ਹੈ ਕਿ ਪੋਪੂਲੇਸ਼ਨ ਜਿਹੜੀ ਹੈਗੀ ਬਹੁਤ ਜ਼ਿਆਦਾ ਵੱਧਦੀ ਜਾ ਚੁੱਕੀ ਹੈ ਵੱਧਦੀ ਜਾ ਰਹੀ ਹੈ ਸੋ ਜੋ ਤਾਂ ਹੈਗਾ ਬਰਥ ਰੇਟ ਬਰਥ ਰੇਟ ਤਾਂ ਬੇਟਾ ਬਹੁਤ ਜ਼ਿਆਦਾ ਵੱਧ ਰਿਹਾ ਹੈ ਤੇ ਜੋ ਡੈਥ ਰੇਟ ਹੈ ਉਹ ਡੈਥ ਰੇਟ ਜਿਹੜਾ ਹੈਗਾ ਬੇਟਾ ਉਹ ਘਟਦਾ ਜਾ ਰਿਹਾ ਹੈ ਖਾਸ ਤੌਰ ਤੇ ਸਾਡੇ ਕੋਲੇ ਇੰਨੀ ਜਿਆਦਾ ਟੈਕਨੀਕਸ ਆ ਗਈਆਂ ਕਿ ਜੋ ਮਟਰਨਲ ਮਾਰਟੈਲਿਟੀ ਰੇਟ ਹੈ ਤੇ ਇਨਫੈਂਟ ਮਾਰਟੈਲਿਟੀ ਰੇਟ ਜਿਹੜਾ ਹੈਗਾ ਬੇਟਾ ਉਹ ਜਿਹੜਾ ਹੈਗਾ ਬਹੁਤ ਘੱਟ ਹੋ ਗਿਆ ਮਤਲਬ ਕਿ ਪਹਿਲਾਂ ਬੱਚੇ ਜਿਹੜੇ ਹੈਗੇ ਨੇ ਜਨਮ ਦੇ ਸਮੇਂ ਤੇ ਮਰ ਜਾਣਾ ਜਾਂ ਬੱਚੇ ਨੂੰ ਜਨਮ ਦੇ ਵੇਲੇ ਮਦਰ ਦਾ ਮਰ ਜਾਣਾ ਇਹ ਚਾਂਸਸ ਬਹੁਤ ਰੇਅਰ ਹੋ ਗਏ ਸੋ ਇਹਦੇ ਨਾਲ ਜਿਹੜੀ ਹੈਗੀ ਹੈ ਬੇਟਾ ਪੋਪੂਲੇਸ਼ਨ ਵੀ ਇੱਕ ਪਾਸੇ ਜਿਹੜੀ ਹੈਗੀ ਉਹ ਵਧਦੀ ਜਾ ਰਹੀ ਹੈ ਸੋ ਇਸ ਵਧਦੀ ਹੋਈ ਪੋਪੂਲੇਸ਼ਨ ਨੂੰ ਰੋਕਣ ਦੇ ਲਈ ਕਿਹੜੀਆਂ ਕਿਹੜੀਆਂ ਟੈਕਨੀਕਸ ਅਡਾਪਟ ਕੀਤੀਆਂ ਜਾ ਸਕਦੀਆਂ ਨੇ ਇਹ ਸਾਡਾ ਇਸ ਚੈਪਟਰ ਦਾ ਇੱਕ ਬੜਾ ਹੀ ਇੰਪੋਰਟੈਂਟ ਟਾਪਿਕ ਹੈਗਾ ਕਿ ਕਿਹੜੀਆਂ ਕਿਹੜੀਆਂ ਟੈਕਨੀਕਸ ਅਸੀਂ ਇਸ ਪੋਪੂਲੇਸ਼ਨ ਐਕਸਪਲੋਜ਼ਨ ਨੂੰ ਰੋਕਣ ਦੇ ਲਈ ਯੂਜ਼ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਬੇਟਾ ਆਪਣੇ ਕੋਲੇ ਹੈ ਯੂਜ਼ਿੰਗ ਵੇਰੀਅਸ ਕੰਟਰੋਸੈਪਟਿਵ ਮੈਥਡਸ ਸੋ ਜਿਹੜੇ ਕੰਟਰੋਸੈਪਟਿਵ ਮੈਥਡਸ ਜਿਹੜੇ ਹੈਗੇ ਨੇ ਬਰਥ ਕੰਟਰੋਲ ਨੂੰ ਰੋਕਦੇ ਨੇ ਦੂਸਰਾ ਹੈਗਾ ਬੇਟਾ ਐਜੂਕੇਟਿੰਗ ਪੀਪਲ ਅਬਾਊਟ ਦਾ ਡੀਮੈਰਿਟਸ ਆਫ ਲਾਰਜ ਫੈਮਿਲੀ ਵੱਡੀ ਫੈਮਿਲੀ ਦੀਆਂ ਡੀਮੈਰਿਟਸ ਵਾਸਤੇ ਅਵੇਅਰਨੈਸ ਇਨਕਰੀਜ਼ਿੰਗ ਦਾ ਮੈਰਿਜੇਬਲ ਏਜ ਆਫ ਦਾ ਫੀਮੇਲ ਐਂਡ ਮੇਲ ਜੀ ਅਸੀਂ ਬਟਾ ਜਿਹੜੀ ਹੈਗੀ ਵਿਆਹ ਦੀ ਉਮਰ ਨੂੰ ਵਧਾ ਦੇਣਾ ਪ੍ਰੋਵਾਈਡਿੰਗ ਦਾ ਇਨਸੈਂਟਿਵ ਟੂ ਪੇਰੈਂਟਸ ਹੈਵਿੰਗ ਵਨ অর ਟੂ ਚਿਲड्रन ਤੇ ਜਿੰਨਾਂ ਕੋਲ ਇੱਕ ਜਾਂ ਦੋ ਬੱਚੇ ਨੇ ਉਹਨਾਂ ਦੇ ਪੇਰੈਂਟਸ ਨੂੰ ਖਾਸ ਇਨਸੈਂਟਿਵ ਦਿੱਤੇ ਜਾਣ ਤਾਂ ਕਿ ਜਿਹੜਾ ਹੈਗਾ ਬਟਾ ਉਹ ਅਵੇਅਰਨੈਸ ਸਮਾਜ ਦੇ ਵਿੱਚ ਫੈਲ ਸਕੇ ਸੋ ਇਸ ਤਰੀਕੇ ਨਾਲ ਬਟਾ ਜਿੱਥੇ ਸਰਕਾਰ ਇੱਥੇ ਬਟਾ ਜਿਹੜੀ ਅਵੇਅਰ ਕਰ ਰਹੀ ਹੈ ਮਤਲਬ ਕਿ ਉਹਨਾਂ ਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਵੇਰਨੈਸ ਕੰਪੋਨੈਂਟ ਹੈ दैट ਐਟ ਦਾ ਸੇਮ ਟਾਈਮ ਉਹਨਾਂ ਦਾ ਐਕਸ਼ਨ ਕੰਪੋਨੈਂਟ ਵੀ ਹੈ ਉਹ ਐਕਸ਼ਨ ਵੀ ਅਲੱਗ-ਅਲੱਗ ਲੈ ਰਹੀ ਹੈ ਸੋ ਬੇਟਾ ਹੁਣ ਅਸੀਂ ਇਹਨਾਂ ਚਾਰੋਂ ਸਟੈਪਸ ਦੇ ਵਿੱਚੋਂ ਸਭ ਤੋਂ ਪਹਿਲਾ ਸਟੈਪ ਪੜਾਂਗੇ ਕੌਂਟਰਾਸੈਪਟਿਵ ਮੈਥਡਸ ਇਹ ਕੀ ਹੁੰਦੇ ਆ ਸੋ ਕੌਂਟਰਾਸੈਪਟਿਵ ਮੈਥਡਸ ਥੀਜ਼ ਆਰ ਯੂਜ਼ ਟੂ ਪ੍ਰੀਵੈਂਟ ਦਾ ਅਨਵਾਂਟਡ ਪ੍ਰੈਗਨੈਂਸੀ ਐਂਡ ਮੋਡੀਫਾਈ ਦਾ ਮੈਂਸਚੂਅਲ ਸਾਈਕਲ ਸੋ ਪ੍ਰੈਗਨੈਂਸੀ ਨੂੰ ਕੰਟਰੋਲ ਕਰਨ ਵਾਸਤੇ ਤਾਂ ਕਿ ਜਿਹੜੇ ਹੈਗੇ ਨੇ ਬੇਟਾ ਪੋਪੂਲੇਸ਼ਨ ਕੰਟਰੋਲ ਹੋ ਸਕੇ ਉਸ ਉਹ ਹੈਗੇ ਨੇ ਬੇਟਾ ਕੰਟਰੋਸੈਪਟਿਵ ਮੈਥਡਸ ਕੰਟਰੋਸੈਪਟਿਵ ਮੈਥਡਸ ਕਿਹੜੇ-ਕਿਹੜੇ ਹੈਗੇ ਨੇ ਇਹਨਾਂ ਨੂੰ ਕਿਹੜੀਆਂ ਕੈਟਾਗਰੀਜ਼ ਦੇ ਵਿੱਚ ਬੇਟਾ ਡਿਵਾਈਡ ਕਰ ਸਕਦੇ ਹਾਂ ਇਹਦੇ ਵਿੱਚ 6 ਤਰ੍ਹਾਂ ਦੇ ਕੰਟਰੋਸੈਪਟਿਵ ਮੈਥਡਸ ਨੇ ਜਿਨ੍ਹਾਂ ਨੂੰ ਅਸੀਂ ਪੜ੍ਹਾਂਗੇ ਸਭ ਤੋਂ ਪਹਿਲਾਂ ਨੈਚੁਰਲ ਔਰ ਟਰੈਡੀਸ਼ਨਲ ਮੈਥਡ ਇਹ ਪੁਰਾਣਾ ਮੈਥਡ ਹੈ ਨੈਚੁਰਲ ਮੈਥਡ ਹੈਗੇ ਬੇਟਾ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਬੈਰੀਅਰ ਮੈਥਡ ਬੈਰੀਅਰ ਮੈਥਡ ਕੀ ਹੈ ਕਿ ਸਾਡੇ ਕੋਲ ਜਿਹੜਾ ਹੈਗਾ ਐਗ ਤੇ ਸਪਰਮ ਇਨਾਂ ਦੀ ਫਿਊਜ਼ਨ ਹੀ ਨਾ ਹੋਣ ਦੇਣਾ ਇਹਨਾਂ ਦੇ ਇਨ ਬਿਟਵੀਨ ਕੋਈ ਬੈਰੀਅਰ ਲਗਾ ਦੇਣਾ ਸੋ ਦੈਟ ਸਪਰਮ ਐਗ ਤੱਕ ਪਹੁੰਚ ਹੀ ਨਾ ਸਕਣ ਇਹ ਹੈ ਬੈਰੀਅਰ ਮੈਥਡ ਥੈਨ ਬੇਟਾ ਜਿਹੜੇ ਹੈਗੇ ਨੇ ਇੰਟਰਾ ਯੂਟਰਨ ਡਿਵਾਈਸਸ ਆਈ ਯੂ ਡੀ ਯੂਟਰਸ ਦੇ ਵਿੱਚ ਕੁਝ ਡਿਵਾਈਸ ਜਿਹੜੇ ਹੈਗੇ ਨੇ ਇਨਸਰਟ ਕਰ ਦੇਣਾ ਪਹਿਲੇ ਹੀ ਥੈਨ ਓਰਲ ਕੰਟਰੋਸੈਪਟਿਵ ਮੈਥਡ ਓਰਲ ਦਾ ਮਤਲਬ ਹੁੰਦਾ ਹੈ ਮੂੰਹ ਨਾਲ ਲੈਣ ਵਾਲੀਆਂ ਦਵਾਈਆਂ ਸੋ ਉਹ ਜਿਹੜੇ ਹੈਗੇ ਨੇ ਮੈਥਡਸ ਜਿਹੜੇ ਮੂੰਹ ਨਾਲ ਖਾਣ ਵਾਲੀਆਂ ਦਵਾਈਆਂ ਨੇ ਜਿਹਦੇ ਨਾਲ ਅਸੀਂ ਕਨਸੈਪਸ਼ਨ ਨੂੰ ਰੋਕ ਸਕਦੇ ਹਾਂ ਬਰਥ ਨੂੰ ਰੋਕ ਸਕਦੇ ਹਾਂ ਇੰਜੈਕਟੇਬਲ ਕੋਈ ਚੀਜ਼ ਇੰਜੈਕਟ ਕਰ ਦੇਣੀ ਕੋਈ ਚੀਜ਼ ਇਮਪਲਾਂਟ ਕਰ ਦੇਣੀ ਤੇ ਜਾਂ ਸਾਡੇ ਕੋਲੇ ਪਰਮਾਨੈਂਟ ਮੈਥਡਸ ਨੇ ਸਰਜਿਕਲ ਮੈਥਡਸ ਸੋ ਬਟਾ ਇਹਨਾਂ ਮੈਥਡਸ ਨੂੰ ਬ੍ਰਾਡਲੀ ਅਸੀਂ ਦੋ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰਦੇ ਆਂ ਇੱਕ ਤਾਂ ਸਾਡੇ ਕੋਲੇ ਬਟਾ ਜਿਹੜੇ ਹੁੰਦੇ ਨੇ ਉਹ ਮੈਥਡ ਹੁੰਦੇ ਨੇ ਟੈਂਪਰੇਰੀ ਮੈਥਡਸ ਤੇ ਦੂਸਰੇ ਜਿਹੜੇ ਮੈਥਡਸ ਹੁੰਦੇ ਨੇ ਬਟਾ ਉਹ ਪਰਮਾਨੈਂਟ ਮੈਥਡਸ ਹੁੰਦੇ ਆ ਸੋ ਇਹ ਪਰਮਾਨੈਂਟ ਤੇ ਟੈਂਪਰੇਰੀ ਮੈਥਡਸ ਨੇ ਇਹਨਾਂ ਜੋ ਟੈਂਪਰੇਰੀ ਮੈਥਡ ਸਰਜਿਕਲ ਹੈ ਬਾਕੀ ਪਰਮਨੈਂਟ ਮੈਥਡ ਸਰਜਿਕਲ ਹੈ ਬਾਕੀ ਸਾਰੇ ਟੈਂਪਰੇਰੀ ਮੈਥਡਸ ਨੇ ਸੋ ਸਭ ਤੋਂ ਪਹਿਲਾ ਬੇਟਾ ਟੈਂਪਰੇਰੀ ਮੈਥਡ ਦੇ ਵਿੱਚ ਸਭ ਤੋਂ ਪਹਿਲੇ ਮੈਥਡ ਦੀ ਅਸੀਂ ਗੱਲ ਕਰ ਰਹੇ ਹਾਂ ਥੈਟ ਇਜ਼ ਨੇਚਰਲ ਮੈਥਡ ਸੋ ਇਹ ਬੇਟਾ ਜਿਹੜਾ ਹੈਗਾ ਨੇਚਰਲੀ ਅਸੀਂ ਜਿਹੜਾ ਹੈਗਾ ਸਪਰਮ ਤੇ ਓਵਮ ਦੀ ਮੀਟਿੰਗ ਨੂੰ ਰੋਕਣਾ ਹੈਗਾ ਇਸ ਨੂੰ ਜਿਹੜਾ ਹੈਗਾ ਹੋ ਨਹੀਂ ਦੇਣਾ ਇਸ ਦੇ ਵਿੱਚ ਬੇਟਾ ਜਿਹੜਾ ਹੈਗਾ ਕਿ ਇਹ ਪੀਰੀਆਡਿਕ ਐਬਸੈਂਸ ਮਤਲਬ ਕਿ ਉਹ ਟਾਈਮ ਜਿਹੜਾ ਹੈਗਾ ਜਿਸ ਟਾਈਮ ਦੇ ਵਿੱਚ ਸਾਨੂੰ ਪਤਾ ਹੈ ਕਿ ਐਗ ਰਿਲੀਜ਼ ਨਹੀਂ ਹੋ ਰਿਹਾ ਕਿਉਂਕਿ ਅਸੀਂ 28 ਡੇਸ ਸਾਈਕਲ ਪੜਦੇ ਹਾਂ ਤੇ ਉਸ 28 ਡੇਸ ਸਾਈਕਲ ਦੇ ਵਿੱਚ ਡੇਸ ਦੇ ਅਕੋਰਡਿੰਗਲੀ ਵਟਾ ਜਿਹੜਾ ਹੈਗਾ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਕਿਹੜੇ ਡੇਸ ਦੇ ਵਿੱਚ ਐਗ ਰਿਲੀਜ਼ ਨਹੀਂ ਹੋ ਰਿਹਾ ਸੋ ਦੋਸ ਡੇਸ ਆਰ ਕਨਸੀਡਰਡ ਸੇਫ ਡੇਸ ਥੈਨ ਵਟਾ ਆਪਣੇ ਕੋਲੇ ਦੂਸਰਾ ਜਿਹੜਾ ਹੈਗਾ ਵਿਧਡਰੋਅਲ ਮੈਥਡ ਹੈ ਸੋ ਮੇਲ ਪਾਰਟਨਰ ਜਿਹੜਾ ਹੈਗਾ that will withdraw the penis before ejaculation ਸੋ ਇਹ ਵਟਾ ਕੁਝ ਮੈਥਡਸ ਸੀ ਜਿਹੜੇ ਨੈਚੁਰਲ ਮੈਥਡਸ ਨੇ ਦੈਨ ਆਪਣੇ ਕੋਲੇ ਜਿਵੇਂ ਮੈਂ ਤੁਹਾਨੂੰ ਆਲਰੇਡੀ ਗੱਲ ਕਰ ਚੁੱਕਿਆ ਕਿ ਕੁਝ ਕਿ ਬੈਰੀਅਰਸ ਹੈਗੇ ਨੇ ਜਿਹੜੇ ਬੈਰੀਅਰਸ ਜਿਹੜੇ ਹੈਗੇ ਨੇ ਬਟਾ ਕੀ ਕਰਨਗੇ ਸਪਰਮ ਇਹ ਐਗ ਹੈਗਾ ਬਟਾ ਇਹ ਸਪਰਮ ਹੈਗਾ ਐਗ ਤੇ ਸਪਰਮ ਦੇ ਮੇਲ ਨੂੰ ਫਿਊਜ਼ਨ ਨੂੰ ਰੋਕਣਗੇ ਉਹ ਹੈਗੇ ਨੇ ਬਟਾ ਬੈਰੀਅਰ ਮੈਥਡਸ ਸੋ ਬੈਰੀਅਰ ਮੈਥਡਸ ਦੇ ਵਿੱਚ ਬਟਾ ਜਿਹੜੇ ਹੈਗੇ ਨੇ ਸਾਡੇ ਕੋਲੇ ਮੈਥਡ ਦੋ ਐਕਸਪਲੇਨ ਕੀਤੇ ਗਏ ਨੇ ਕੌਂਡਮ ਜਿਹੜਾ ਹੈਗਾ ਬਟਾ that is used both for male as well as for ਫੀਮੇਲ ਸੋ ਇਹ ਬਟਾ ਜਿਹੜਾ ਮੈਥਡ ਹੈਗਾ ਇਹ ਜਿੱਥੇ ਬਟਾ ਇਸ ਤਰੀਕੇ ਨਾਲ ਬੈਰੀਅਰ ਪ੍ਰੋਟੈਕਸ਼ਨ ਦਿੰਦਾ ਐਟ ਦਾ ਸੇਮ ਟਾਈਮ ਇਟ ਇਜ਼ ਆਲਸੋ ਯੂਸਫੁਲ ਟੂ ਪ੍ਰੀਵੈਂਟ ਦਾ ਸੈਕਸ਼ੂਅਲ ਟ੍ਰਾਂਸਮਿਟਡ ਡਿਜ਼ੀਜ਼ਸ ਕਿਉਂਕਿ ਇਸ ਨੇ ਕੰਟੈਕਟ ਨਹੀਂ ਹੋਣ ਦਿੱਤਾ ਦੈਟਸ ਵਾਈ ਬਟਾ ਇਸ ਸੈਕਸ਼ੂਅਲੀ ਟ੍ਰਾਂਸਮਿਟਡ ਡਿਜ਼ੀਜ਼ਸ ਦੇ ਖਤਰੇ ਨੂੰ ਵੀ ਰੋਕਦਾ ਹੈਗਾ ਤੇ ਦੂਸਰਾ ਬਟਾ ਜਿਹੜਾ ਹੈਗਾ ਮੈਥਡ ਜਿਹੜਾ ਕਿ ਬੈਰੀਅਰ ਪ੍ਰੋਟੈਕਸ਼ਨ ਦਿੰਦਾ ਹੈ ਦੈਟ ਇਜ਼ ਡਾਇਫਰਮ ਡਾਇਫਰਾਮ ਜਾਂ ਸਰਵਾਈਕਲ ਕੈਪਸ ਜਾਂ ਵੌਲਟ ਜਿਹੜੇ ਹੁੰਦੇ ਨੇ ਬੇਟਾ ਇਹ ਰਬੜ ਮੇਡ ਬੈਰੀਅਰਸ ਹੈਗੇ ਨੇ ਜਿਹੜੇ ਫੀਮੇਲ ਰੀਪਰੋਡਕਟਿਵ ਸਿਸਟਮ ਦੇ ਵਿੱਚ ਇੰਟਰੋਡਿਊਸ ਕੀਤੇ ਜਾਂਦੇ ਨੇ ਡਿਊਰਿੰਗ ਇੰਟਰਕੋਰਸ ਡਿਊਰਿੰਗ ਕੋਇਟਸ ਸੋ ਜਿਹੜਾ ਹੈਗਾ ਬੇਟਾ ਇਹ ਫੀਮੇਲ ਰੀਪਰੋਡਕਟਿਵ ਸਿਸਟਮ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ ਤੇ ਬੇਟਾ ਕੀ ਕਰਦੇ ਨੇ ਇਹ ਬੈਰੀਅਰ ਪ੍ਰੋਟੈਕਸ਼ਨ ਦਿੰਦੇ ਹੈਗੇ ਆ ਇਸ ਤੋਂ ਇਲਾਵਾ ਬੇਟਾ ਜਿਹੜੇ ਹੈਗੇ ਨੇ ਕੁਝ ਕੁ ਸਪਰਮੀਸਾਈਡਲ ਕਰੀਮਸ ਹੁੰਦੀਆਂ ਨੇ ਜੈਲੀਸ ਹੁੰਦੀਆਂ ਨੇ ਫੋਮਸ ਹੁੰਦੀਆਂ ਨੇ ਸੋ ਇਹ ਅਸਰ ਜਿਹੜੀਆਂ ਹੈਗੀਆਂ ਨੇ ਬਟਾ ਕਰੀਮ ਜੈਲੀ ਫੋਮ ਇਹ ਫੀਮੇਲ रिप्रोडਕਟਿਵ ਸਿਸਟਮ ਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ ਬਿਕੋਜ਼ ਇਸ ਸਪਰਮਿਸਾਈਡਲ ਨੇ ਕਹਿਣਾ ਮਤਲਬ ਇਹ ਸਪਰਮਸ ਨੂੰ ਕਿਲ ਕਰ ਦੇਣੀ ਹੈ ਜਿੰਮੀ ਫੀਮੇਲ ਉੱਥੇ ਪਹੁੰਚਣਗੇ ਸੋ ਥੈਟ ਸਪਰਮ ਜਿਹੜੇ ਹੈਗੇ ਨੇ ਬਟਾ ਉਹ ਐਗ ਤੱਕ ਨਾ ਪਹੁੰਚ ਸਕਣ ਸੋ ਬਟਾ ਇਹ ਆਪਣੇ ਕੋਲੇ ਸੀਗੇ ਬੈਰੀਅਰ ਪ੍ਰੋਟੈਕਸ਼ਨ ਬੈਰੀਅਰ ਪ੍ਰੋਟੈਕਸ਼ਨ ਦੇ ਕੁਝ ਕੁ ਫਾਇਦੇ ਵੀ ਹੈਗੇ ਨੇ ਜਿਵੇਂ ਇੱਕ ਤਾਂ ਡਿਸਪੋਜ਼ੇਬਲ ਨੇ ਸੈਲਫ ਇਨਸਰਟਡ ਹੈਗੇ ਨੇ ਐਨ ਦੈਨ ਰੀਯੂਜੇਬਲ ਵੀ ਜਿਹੜੇ ਹੈਗੇ ਨੇ ਕੁਛ ਕਿ ਬਟਾ ਇਹ ਦੋਨੋਂ ਦੇਖੋ ਆਪਸ ਦੇ ਵਿੱਚ ਇੱਕ ਦਾ ਡਿਸਪੋਜ਼ੇਬਲ ਲਿਖਤਾ ਇੱਕ ਰੀਯੂਜੇਬਲ ਲਿਖਤਾ ਜ਼ਿਆਦਾਤਰ ਜਿਹੜੇ ਹੈਗੇ ਨੇ ਬਟਾ ਇਹ ਡਿਸਪੋਜ਼ੇਬਲ ਜਿਹੜੇ ਹੈਗੇ ਇਸ ਦੇ ਵਿੱਚ ਹੋਗੇ ਸੋ ਇਹ ਤੁਸੀਂ ਇਹੜੀ ਲਾਈਨ ਨਾ ਪੜਿਓ ਦੈਨ ਜਿਹੜਾ ਹੈਗਾ ਬਟ ਆਪਣੇ ਕੋਲੇ ਇਟ ਪ੍ਰिवेंट्स ਦਾ ਕਨਸੈਪਸ਼ਨ ਬਾਈ ਬロッਕਿੰਗ ਦਾ ਐਂਟਰੀ ਆਫ ਸਪਾਮ ਸਪਾਮ ਦੀ ਐਂਟਰੀ ਨੂੰ ਹੀ ਰੋਕ ਦਿੰਦੇ ਆ ਫੀਮੇਲ ਰੀਪਰੋਡਕਟਿਵ ਸਿਸਟਮ ਦੇ ਵਿੱਚ ਸਪਾਮ ਪਹੁੰਚ ਹੀ ਨਹੀਂ پا ਰਿਹਾ ਜੇ ਪਹੁੰਚਦਾ ਹੈ ਤਾ ਬੇਟਾ ਉਥੇ ਇਸ ਪਰਮੀਸਾਈਡਲ ਸੈਕ੍ਰੀਸ਼ਨਸ ਹੈਗੀਆਂ ਨੇ ਜਾਂ ਫੀਮੇਲ ਦੇ ਵਿੱਚ ਬੈਰੀਅਰ ਅਸੀਂ ਦਿੱਤੇ ਹੋਏ ਨੇ ਦੈਨ ਨੈਕਸਟ ਸਾਡੇ ਕੋਲੇ ਬੇਟਾ ਜਿਹੜਾ ਮੈਥਡ ਹੈਗਾ ਦੈਟ ਇਜ਼ ਇੰਟਰਾਯੂਟਰਨ ਡਿਵਾਈਸਸ ਆਈ ਯੂ ਡੀ ਜਿਵੇਂ ਮੈਂ ਤੁਹਾਨੂੰ ਪਹਿਲੀ ਗੱਲ ਕੀਤੀ ਹੈ ਇਹਦੇ ਵਿੱਚ ਕੀ ਹੁੰਦੇ ਨੇ ਬੇਟਾ ਇਹ ਚ ਮੇਨ ਮੈ ਜਿਹੜਾ ਮੈਥਡ ਹੈਗਾ ਦੈਟ ਇਜ਼ ਕਾਪਰਟੀ ਸੋ ਇਹ ਕੀ ਹੁੰਦਾ ਜਿਵੇਂ ਹੁਣ ਅ ਅਸੀਂ ਪਹਿਲਾ ਵਾਲੇ ਮੈਥਡ ਦਾ ਸੀ ਕਿ ਥੀਸ ਆਰ ਸੈਲਫ ਇਨਸਰਟਡ ਅਸੀਂ ਆਪਣੇ ਆਪ ਯੂਜ਼ ਕਰ ਲੈਣੇ ਆ ਬਟ ਇੰਟਰਾਯੂਟਰਨ ਡਿਵਾਈਸਸ ਜਿਹੜੇ ਹੈਗੇ ਨੇ ਫਾਰ ਥਿਸ ਵੀ ਨੀਡ ਦਾ ਹੈਲਪ ਆਫ ਡਾਕਟਰ so these are inserted by doctor or trained nurse into the female uterus female uterus ਦੇ ਵਿੱਚ ऑलरेडी ਇੰਪਲਾਂਟ ਕਰ ਦਿੱਤੇ ਜਾਂਦੇ ਨੇ so ਇਹ ਜਿਹੜੇ ਹੈਗੇ ਨੇ ਬੇਟਾ ਨਾਨ ਮੈਡੀਕੇਟਡ ਇੰਟਰਾ ਯੂਟਰਨ ਡਿਵਾਈਸਸ ਜਿਵੇਂ ਜਿਹੜਾ ਹੈਗਾ ਲਿਪਸ ਲੂਪ ਹੈਗੇ ਨੇ ਜਾਂ ਜਿਹੜੇ ਹੈਗੇ ਨੇ ਕਾਪਰ ٹی ਵਗੈਰਾ ਹੈਗੀਆਂ ਨੇ ਇਹ ਹੋ ਸਕਦੇ ਨੇ so ਇਹ ਕਰਦੇ ਕੀ ਨੇ so ਜਿਹੜੇ ਇੰਟਰਾ ਯੂਟਰਨ ਡਿਵਾਈਸਸ ਜਿਹੜੇ ਬੇਟਾ ਆਪਾਂ ਯੂਜ਼ ਕੀਤੇ ਐ ਇਹੀ ਸਪਰਮ ਦੀ ਫੈਗੋਸਾਈਟੋਸਿਸ ਕਰ ਦਿੰਦੇ ਨੇ ਤੇ ਕਾਪਰ ਜਿਹੜਾ ਇਸ ਦੇ ਵਿੱਚ ਹੁੰਦਾ ਹੈ ਉਹ ਸਪਰਮ ਦੀ ਮਾਰਟੈਲਟੀ ਨੂੰ ਰਿਡਿਊਸ ਕਰ ਦਿੰਦਾ ਹੈ ਤੇ ਸਪਰਮ ਦੀ ਫਰਟੀਲਾਈਜੇਸ਼ਨ ਦੀ ਕੈਪੈਸਿਟੀ ਨੂੰ ਵੀ ਘਟਾ ਦਿੰਦਾ ਹੈ ਕਿ ਉਹ ਫਰਟੀਲਾਈਜ਼ ਹੀ ਨਾ ਕਰ ਪਵੇ ਕਹਿੰਦਾ ਮਤਲਬ ਸਪਰਮ ਨੂੰ ਵੀਕ ਕਰਨ ਦਾ ਕੰਮ ਜਿਹੜਾ ਹੈਗਾ ਉਹ ਕਾਪਰਟੀ ਦਾ ਹੈਗਾ ਦੈਨ ਜਿਹੜੇ ਹਾਰਮੋਨਸ ਬੇਟਾ ਜਿਹੜੇ ਇੰਟਰ ਯੂਟਰਨ ਡਿਵਾਈਸਸ ਦੇ ਵਿੱਚ ਜਿਹੜੇ ਰਿਲੀਜ਼ ਕੀਤੇ ਜਾਂਦੇ ਨੇ ਸੋ ਅਨ ਦੀਸ ਆਰ ਅਨਸੀਟੇਬਲ ਫਾਰ 임ਪਲੈਂਟੇਸ਼ਨ ਐਂਡ ਦਾ ਸਰਵਿਕਸ ਹਾਸਟਲ ਟੂ ਦਾ ਸਪੌਂਸ ਪਮ ਜਿਹੜੇ ਹੈਗੇ ਬਟਾ ਉਸ ਨੂੰ ਸਰਵਿਕਸ ਦੇ ਵਿੱਚ ਫੀਮੇਲ ਰੀਪਰੋਡਕਟਿਵ ਸਿਸਟਮ ਦੇ ਵਿੱਚ ਹਾਸਟਿਲਟੀ ਜਿਹੜੀ ਹੈਗੀ ਆ ਉਹ ਨਹੀਂ ਮਿਲਦੀ ਸੋ ਇਹ ਬਟਾ ਜਿਹੜਾ ਹੈਗਾ ਆਪਣੇ ਕੋਲ ਇੰਟਰਾਯੂਟਰਨ ਡਿਵਾਈਸਸ ਹੋ ਗਏ ਦੈਨ ਆ ਗਿਆ ਨੈਕਸਟ ਮੈਂ ਤੁਹਾਨੂੰ ਦੱਸੀ ਸੀ ਗੱਲ ਕਿ ਔਰਲ ਕੰਟਰੋਸੈਪਟਿਵ ਮੈਥਡਸ ਔਰਲ ਪਿਲਸ ਇਸ ਦੇ ਵਿੱਚ ਆ ਜਾਂਦੀਆਂ ਨੇ ਜਿਹੜੀਆਂ ਕਿ ਮੂੰਹ ਦੇ ਥਰੂ ਲਈਆਂ ਜਾਣ ਵਾਲੀਆਂ ਦਵਾਈਆਂ ਨੇ ਤਾਂ ਹੁਣ ਬੇਟਾ ਕੀ ਹੈ ਇਹੀ estrani tablets ਨੇ ਜਿੰਨਾ tablets ਦੇ ਵਿੱਚ ਇੱਕ ਹਾਰਮ ਹੁੰਦਾ ਪ੍ਰੋਜੈਸਟਰੋਨ ਪ੍ਰੋਜੈਸਟਰੋਨ ਤੇ ਇਹਦਾ ਹੈਗਾ ਬਟਾ ਜਾਂ ਪ੍ਰੋਜੈਸਟਰੋਨ ਤੇ ਐਸਟ੍ਰੋਜਨ ਦਾ ਕੰਬੀਨੇਸ਼ਨ ਹੁੰਦਾ ਸੋ ਇਹ ਜਿਹੜੀਆਂ ਦਵਾਈਆਂ ਹੈਗੀਆਂ ਨੇ ਬਟਾ ਇਹ ਫੀਮੇਲ ਆਪਣੇ ਮੂੰਹ ਦੇ ਰਾਹੀਂ ਲੈਂਦੀ ਹੈ ਔਰ ਰਿਪੀਲਸ ਹੁੰਦੀਆਂ ਨੇ ਤਾਂ ਇਹ ਬਟਾ ਜਿਹੜਾ ਹੈਗਾ ਜਦੋਂ ਸਪਰਮ ਚਲਿਆ ਗਿਆ ਸਪਰਮ ਦੇ ਜਾਣ ਤੋਂ ਬਾਅਦ ਦੇ ਵਿੱਚ ਹੀ ਉਹ ਫਰਟੀਲਾਈਜ਼ ਵੀ ਕਰਦਾ ਹੈ ਤਾਂ ਉਸ ਨੂੰ ਫਰਟੀਲਾਈਜ਼ਡ ਓਵਮ ਨੂੰ ਫੀਮੇਲ ਰੀਪਰੋਡਕਟਿਵ ਸਿਸਟਮ ਦੇ ਵਿੱਚ ਇੰਪਲਾਂਟ ਹੋਣ ਤੋਂ ਰੋਕਦੀਆਂ ਨੇ ਕਹਿੰਦਾ ਮਤਲਬ ਉਹ ਬੱਚੇ ਨੂੰ ਜਿਹੜਾ ਹੈਗਾ ਜਨਮ ਨਹੀਂ ਦੇ ਸਕਦਾ ਉਹ ਜਿਹੜਾ ਹੈਗਾ ਆਪਣਾ ਐਗ ਜਿਹੜਾ ਚਾਹੀਦੀ ਉਸ ਐਗ ਦੇ ਨਾਲ ਸਪਰਮ ਹੁਣ ਕੰਬਾਈਨ ਕਰ ਚੁੱਕਿਆ ਉਹ ਜਾਈਗੋਟ ਬਣ ਚੁੱਕਿਆ ਬਟ ਜਾਈਗੋਟ ਬਣਨ ਤੋਂ ਨੈਕਸਟ ਸਟੇਜ ਇੰਪਲਾਂਟੇਸ਼ਨ ਹੁੰਦੀ ਹੈ ਉਹ ਇੰਪਲਾਂਟੇਸ਼ਨ ਨਹੀਂ ਹੋਏਗੀ ਜੇ ਪ੍ਰੋਜੈਸਟਰੋਨ ਦੇ ਜਿਹੜੇ ਹੈਗੇ ਨੇ ਬਹੁਤ ਜ਼ਿਆਦਾ ਜਿਹੜੇ ਲੈਵਲ ਉਹ ਇਸ ਦੇ ਵਿੱਚ ਇੰਟਰੋਡਿਊਸ ਕਰ ਦਿੱਤੇ ਜਾਣਗੇ ਸੋ ਏਸੀ ਔਰਲ ਪਿਲਸ ਦੈਨ ਨੈਕਸਟ ਬਿਟ ਆਪਣੇ ਕੋਲੇ ਆ ਗਿਆ ਦੈਟ ਇਜ਼ ਵੈਰੀ ਇੰਪੋਰਟੈਂਟ ਮੈਥਡ ਫਰਮ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੈਟ ਇਜ਼ ਸਰਜੀਕਲ ਮੈਥਡ ਸੋ ਇਨਾ ਸਰਜੀਕਲ ਮੈਥਡ ਨੂੰ ਅਸੀਂ ਸਟਰਲਾਈਜੇਸ਼ਨ ਵੀ ਬੋਲਦੇ ਆ ਸਟਰਲਾਈਜੇਸ਼ਨ ਜਿਹੜੀ ਹੈਗੀ ਹੈ ਬਟਾ ਦੋ ਤਰ੍ਹਾਂ ਦੀ ਹੁੰਦੀ ਹੈ ਸਾਡੇ ਕੋਲੇ ਇੱਕ ਤਾਂ ਹੈ ਵਸੈਕਟੋਮੀ ਤੇ ਦੂਸਰੀ ਜਿਹੜੀ ਹੈਗੀ ਹੈ ਬਟਾ ਉਹ ਹੈ ਟਬੈਕਟੋਮੀ ਜੋ ਤਾਂ ਹੈ ਵਸੈਕਟੋਮੀ ਵਸੈਕਟੋਮੀ ਐਜ਼ ਇਟ ਇਜ਼ ਵੈਰੀ ਕਲੀਅਰ ਫਰਮ ਦਾ ਨੇਮ ਵਾਸਾ ਡਿਫਰੈਂਸ ਨੂੰ ਕੱਟ ਦੇਣਾ ਦੇਖੋ ਇਹ ਟੈਸਟਿਸ ਨੇ ਟੈਸਟਿਸ ਤੋਂ ਜਾਣ ਵਾਲੀ ਵਾਸ ਡਿਫਰੈਂਸ ਜਿਹੜੀ ਕਿ ਸਪਰਮ ਉੱਪਰ ਲੈ ਕੇ ਜਾ ਰਹੀ ਹੈ ਇਸ ਵਾਸ ਡਿਫਰੈਂਸ ਨੂੰ ਦੋਨੋਂ ਸਾਈਡ ਤੋਂ ਕੱਟ ਕੇ ਟਾਈ ਕਰ ਦਿੱਤਾ ਜਾਂਦਾ ਸੋ ਦੈਟ ਜਿਹੜੇ ਸਪਰਮ ਹੈਗੇ ਨੇ ਬਟਾ ਉਹ ਇਥੋਂ ਜਿਹੜੇ ਟੈਸਟਿਸ ਤੋਂ ਸਟਾਰਟ ਹੋਣ ਬਟ ਪੀਨਸ ਤੋਂ ਜਿਹੜੇ ਹੈਗੇ ਨੇ ਬਟਾ ਉਹ ਪਹੁੰਚ ਹੀ ਨਾ ਸਕਣ ਪੀਨਸ ਸੱਕ ਰਸਤੇ ਜੀ ਅਸੀਂ ਉਸ ਨੂੰ ਰੋਕਤਾ ਸੋ ਫੀਮੇਲ ਰਿਪਰੋਡਕਟਿਵ ਸਿਸਟਮ ਤੱਕ ਸਪਰਮ ਪਹੁੰਚ ਹੀ ਨਹੀਂ ਸਕੇ ਥਿਸ ਇਜ਼ ਪਰਮਨੈਂਟ ਮੈਥਡ ਕਿਉਂਕਿ ਇਹ ਬਟਾ ਸਰਜਿਕਲ ਮੈਥਡ ਹੈ ਇਸ ਕਰਕੇ ਵਸੈਕਟੋਮੀ ਮੈਥਡ ਜਿਹੜੀ ਹੈਗੀ ਹੈ ਇਹ ਮੇਲ ਦੇ ਵਿੱਚ ਯੂਜ਼ ਹੋਣ ਵਾਲੀ ਟੈਕਨੀਕ ਹੈ ਜੇ ਅਸੀਂ ਬਟਾ ਜਿਹੜੀ ਹੈਗੀ ਹੈ ਟਿਊਬਸ ਨੂੰ ਕੱਟ ਦਾਂਗੇ ਸੋ ਨਾਮ ਤੋਂ ਹੀ ਕਲੀਅਰ ਹੈ ਟਿਬੈਕਟੋਮੀ ਜੇ ਫੈਲੋਪੀਅਨ ਟਿਊਬਸ ਨੂੰ ਕੱਟ ਕੇ ਅਸੀਂ ਇਸ ਤਰੀਕੇ ਨਾਲ ਟਾਈ ਕਰ ਦਾਂਗੇ ਤਾ ਜਿਹੜੀ ਹੈਗੀ ਬਟਾ ਉਹ ਚੀਜ਼ ਕੀ ਹੋਗੀ ਟਿਬੈਕਟੋਮੀ ਹੋਗੀ ਸੋ ਦੋ ਮੈਥਡਸ ਜਿਹੜੇ ਹੈਗੇ ਨੇ ਬਟ ਆਪਣੇ ਕੋਲੇ ਹੈਗੇ ਨੇ ਸੋ ਇਹ ਹੈਗਾ ਬਟਾ ਵਸੈਕਟੋਮੀ ਇਜ਼ ਦਾ ਸਰਜਿਕਲ ਮੈਥਡ ਇਨ ਦਾ ਮੇਲ ਅ ਸਮਾਲ ਪਾਰਟ ਆਫ ਦਾ ਵਾਸ ਡਿਫਰੈਂਸ ਇਜ਼ ਰਿਮੂਵਡ অর ਟਾਈਡ ਅਪ ਛੋਟਾ ਜਿਹਾ ਪਾਰਟ ਉਸ ਦਾ ਅਸੀਂ ਰਿਮੂਵ ਕਰ ਦੇਣਾ ਉਸ ਨੂੰ ਬੰਨ ਦੇਣਾ ਟਿਬੈਕਟੋਮੀ ਇਫ ਫੀਮੇਲ ਦੇ ਵਿੱਚ ਹੈ ਇਹ ਚ ਫਲੋਬੀਅਨ ਟੂਬ ਨੂੰ ਅਸੀਂ ਕੱਟ ਦੇਣਾ ਤੇ ਬੰਨ ਦੇਣਾ ਸੋ ਇਹ ਬਟਾ ਜਿਹੜੇ ਹੈਗੇ ਨੇ ਸਾਡੇ ਕੋਲੇ ਸੀਗੇ ਪਰਮਨੈਂਟ ਮੈਥਡਸ ਬਹੁਤ ਜਿਆਦਾ ਇੰਪੋਰਟੈਂਟ ਹੈ ਬਟਾ ਪਰਮਨੈਂਟ ਮੈਥਡਸ ਜਿਹੜੇ ਜਿਨ੍ਹਾਂ ਦੇ ਵਿੱਚ ਅਸੀਂ ਵਿਸੈਕਟੋਮੀ ਤੇ ਟੈਬੈਕਟੋਮੀ ਬਾਰੇ ਪੜਿਆ ਤਾਂ ਇਸ ਤੋਂ ਬਾਅਦ ਦੇ ਵਿੱਚ ਬਟਾ ਜਿਹੜੇ ਕੰਟਰਾਸੈਪਟਿਵ ਮੈਥਡਸ ਜਿੰਨੇ ਵੀ ਅਸੀਂ ਪੜ੍ਹੇ ਐ ਇਹਨਾਂ ਸਾਰਿਆਂ ਦੇ ਕੁਝ ਕੁ ਡਰਾਬੈਕਸ ਵੀ ਹੁੰਦੇ ਨੇ ਉਹ ਕਿਹੜੇ ਕਿਹੜੇ ਡਰਾਬੈਕਸ ਜਾਂ ਕਿਹੜੇ ਕਿਹੜੇ ਸਾਈਡ ਇਫੈਕਟਸ ਇਹਨਾਂ ਦੇ ਰਹਿੰਦੇ ਨੇ ਉਹਨਾਂ ਬਾਰੇ ਅਸੀਂ ਪੜ੍ਹਨ ਦੀ ਕੋਸ਼ਿਸ਼ ਕਰਦੇ ਆਂ ਸੋ ਇਹ ਜਿਹੜਾ ਹੈਗਾ ਬਹੁਤ ਜਿਆਦਾ ਇੰਪੋਰਟੈਂਟ ਹੈ ਕਿ ਕਿਹੜਾ ਮੈਥਡ ਯੂਜ਼ ਕਰਨਾ ਫਾਰ ਥੈਟ ਡਾਕਟਰ ਨੂੰ ਕੰਸਲਟ ਕਰਨਾ ਪਏਗਾ ਕਿਉਂਕਿ ਇਹਨਾਂ ਦੇ ਬਹੁਤ ਸਾਰੇ ਇਫੈਕਟ ਨੇ ਜਿਵੇਂ ਕਿ ਨੌਜ਼ੀਆ, ਐਬਡੋਮినਲ ਪੇਨ, ਬਲੀਡਿੰਗ ਜਿਹੜੀ ਹੈਗੀ ਹੈ ਬਟ ਅਬ੍ਰੇਕਥਰੂ ਬਲੀਡਿੰਗ ਬਹੁਤ ਜ਼ਿਆਦਾ ਹੋ ਜਾਣੀ, ਮੈਨਸਟਰੂਅਲ ਸਾਈਕਲ ਅਫਸੈਟ ਹੋ ਜਾਣਾ। ਔਰ ਜਾਂ ਜਿਹੜਾ ਹੈਗਾ ਬਟ ਜੀ ਡਾਕਟਰ ਦੀ ਹੈਲਪ ਤੋਂ ਅਸੀਂ ਗਲਤ ਦਵਾਈਆਂ ਲੈਨੇ ਆ ਤਾਂ ਇਟ ਮੇ आल्सो ਕਾਜ਼ ਦਾ ਬ੍ਰੈਸਟ ਕੈਂਸਰ ਆਲਸੋ। ਇਹਦਾ ਮਤਲਬ ਕੰਟਰੋਸੈਪਟਿਵ ਮੈਥਡਸ ਜਿਹੜੇ ਹੈਗੇ ਨੇ ਬੜੇ ਯੂਸਫੁਲ ਨੇ ਪੋਪੂਲੇਸ਼ਨ ਕੰਟਰੋਲ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਮੈਥਡਸ ਨੇ ਬਟ ਐਟ ਦਾ ਸੇਮ ਟਾਈਮ ਇਹਦੀਆਂ ਬਹੁਤ ਸਾਰੀਆਂ ਡਰਾਵੈਕਸ ਨੇ। ਸੋ ਇਹ ਸਾਰੇ ਮੈਥਡਸ ਜਿਹੜੇ ਹੈਗੇ ਨੇ ਇਹ ਜਨਰਲੀ ਡਾਕਟਰ ਦੀ ਐਡਵਾਈਸ ਨਾਲ ਹੀ ਯੂਜ਼ ਕੀਤੇ ਜਾਂਦੇ ਨੇ ਸੋ ਬਟਾ ਬਹੁਤ ਇੰਪੋਰਟੈਂਟ ਟਾਪਿਕ ਅਸੀਂ ਕੀਤਾ ਹੈ ਇਸ ਤੋਂ ਨੈਕਸਟ ਟਾਪਿਕ ਜਿਹੜਾ ਬਟਾ ਹੋਰ ਵੀ ਜ਼ਿਆਦਾ ਇੰਪੋਰਟੈਂਟ ਬਣ ਜਾਂਦਾ ਐਗਜ਼ਾਮੀਨੇਸ਼ਨ ਪੁਆਇੰਟ ਆਫ 뷰 ਤੋਂ ਕਿਉਂਕਿ 3 ਨੰਬਰ ਦਾ ਬਟਾ ਇਸ ਚੋ ਕੁਐਸਚਨ ਆਉਣਾ ਮੈਂ ਪਹਿਲਾਂ ਹੀ ਦੱਸ ਚੀ ਗੱਲ ਚੁੱਕ ਦੱਸ ਚੁੱਕੇ ਆ 3 ਨੰਬਰ ਦੇ ਵਿੱਚ ਇਹਦੇ ਵਿੱਚੋਂ ਕੁਐਸਚਨ ਹੀ ਬਟਾ 3 ਬਣਦੇ ਨੇ ਪਹਿਲਾ ਅਸੀਂ ਕਰ ਲਿਆ ਦੂਸਰਾ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਦਾ ਬਟਾ ਹੈਗਾ ਤੀਸਰਾ ਬਟਾ ਜਿਹੜਾ ਹੈਗਾ ਉਹ ਇਨਫਰਟੀਲਿਟੀ ਨਾਲ ਰਿਲੇਟਡ ਟਾਪਿਕ ਹੈਗਾ ਸੋ ਸਭ ਤੋਂ ਪਹਿਲਾ ਟਾਪਿਕ ਸੀ ਜਿਹਦੇ ਵਿੱਚ ਬਟਾ ਕੀ ਹੈ ਕਿ ਕਿਸ ਤਰ੍ਹਾਂ ਮੇਲ ਤੇ ਫੀਮੇਲ ਰੀਪਰੋਡਕਟਿਵ ਸਿਸਟਮ ਜਿਹੜੇ ਹੈਗੇ ਨੇ ਬਟਾ ਉਹਨਾਂ ਦੇ ਵਿੱਚੋਂ ਪੈਦਾ ਹੋਣ ਵਾਲੇ ਸਪਰਮ ਤੇ ਐਗ ਦੀ ਫਿਊਜ਼ਨ ਨੂੰ ਰੋਕਣਾ ਸੋ ਦੈਟ ਜਿਹੜਾ ਪ੍ਰੈਗਨੈਂਸੀ ਨੂੰ ਅਵਾਇਡ ਕੀਤਾ ਜਾ ਸਕੇ ਸੋ ਬਟਾ ਸਾਡਾ ਨੈਕਸਟ ਟਾਪਿਕ ਹੈ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਇਸ ਨੂੰ ਅਸੀਂ ਬਟਾ ਜਿਹੜਾ ਹੈਗਾ ਐਮਟੀਪੀ ਲਿਖ ਦਿੰਨੇ ਆ ਐਮਟੀਪੀ ਜਾਂ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਕੀ ਹੈ ਮਤਲਬ ਕਿ ਇੱਕ ਵਾਰ ਹੁਣ ਪ੍ਰੈਗਨਨਸੀ ਹੋ ਚੁੱਕੀ ਹੈ ਮੇਲ ਗੈਮੀਟ ਸਪਰਮ ਤੇ ਫੀਮੇਲ ਗੈਮੀਟ ਐਗ ਦੀ ਫਿਊਜ਼ਨ ਤੋਂ ਬਾਅਦ ਦੇ ਵਿੱਚ ਇਹਨਾਂ ਤੋਂ ਜ਼ਾਈਗੋਟ ਬਣ ਚੁੱਕਿਆ ਹੈ ਜ਼ਾਈਗੋਟ ਇੰਪਲਾਂਟ ਵੀ ਕਰ ਚੁੱਕਿਆ ਹੈ ਕਲੀਵੀਜ ਹੋ ਜ ਹੋਗੀ ਬੇਟਾ ਉਸ ਦੀ ਉਸ ਤੋਂ ਬਾਅਦ ਦੇ ਵਿੱਚ ਹੌਲੀ ਹੌਲੀ ਡਿਵਾਈਡ ਕਰਦਾ ਜਾ ਰਿਹਾ ਹੈ ਸੋ ਇਹ ਜਿਹੜਾ ਹੈਗਾ ਬੇਟਾ ਫੀਟਸ ਜਿਹੜੀ ਹੈਗੇ ਡਵੈਲਪ ਹੋਣੀ ਸ਼ੁਰੂ ਹੋਗੀ ਤਾਂ ਐਟ ਦਿਸ ਸਟੇਜ ਸਭ ਕੁਝ ਹੋ ਜਾਣ ਤੋਂ ਬਾਅਦ ਦੇ ਵਿੱਚ ਬੇਟਾ ਜੀ ਪ੍ਰੈਗਨੈਂਸੀ ਨੂੰ ਅਬੋਰਟ ਕਰਨਾ ਹੈਗਾ ਤਾਂ ਉਸ ਦੀ ਜਿਹੜੀ ਟੈਕਨੀਕ ਹੈ ਦੈਟ ਇਜ਼ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਹੁਣ ਕੁਐਸਚਨ ਇਹ ਅਰਾਈਜ਼ ਹੁੰਦਾ ਕਿ ਇਸ ਲੈਵਲ ਦੇ ਉੱਤੇ ਆ ਕੇ ਪ੍ਰੈਗਨੈਂਸੀ ਨੂੰ ਅਵੋਇਡ ਕਿਉਂ ਕਰਨਾ ਤਾਂ ਇਸ ਦੇ ਵਿੱਚ ਬਟਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੋ ਜਾਂਦਾ ਕਿ ਹੋ ਸਕਦਾ ਹੈ ਕਿ ਇਹ ਅਨਵਾਂਟਡ ਪ੍ਰੈਗਨੈਂਸੀ ਹੋਵੇ ਕਹਿੰਦਾ ਮਤਲਬ ਜਿਹੜਾ ਮੈਥਡਸ ਅਸੀਂ ਉੱਪਰ ਯੂਜ਼ ਕੀਤੇ ਨੇ ਉਹ ਮੈਥਡਸ ਯੂਜ਼ ਕੀ ਯੂਜ਼ ਵੀ ਕੀਤੇ ਹੋਣ ਬਟ ਉਹ ਮੈਥਡ ਫੇਲਿਅਰ ਹੋ ਗਏ ਹੋਣ ਕਿਤੇ ਨਾ ਕਿਤੇ ਜਿਹੜਾ ਹੈਗਾ ਮੈਥਡ ਪ੍ਰੋਪਰਲੀ ਕੰਮ ਨਾ ਕੀਤੇ ਹੋਣ ਪ੍ਰੈਗਨੈਂਸੀ ਹੋ ਗਈ ਬਟ ਉਹ ਅਨਵਾਂਟਡ ਹੈ ਸੋ ਉਸ ਨੂੰ ਖਤਮ ਕਰਨਾ ਹੈ ਫਾਰ दैट ਜਿਹੜੀ ਟੈਕਨੀਕ ਯੂਜ਼ ਕਰਾਂਗੇ ਥੈਟ ਇਜ਼ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਸੋ ਦੂਸਰਾ ਜਿਹੜਾ ਹੈਗਾ ਬਟਾ ਰੀਜ਼ਨ ਇਹ ਕੀ ਹੋ ਸਕਦਾ ਹੈ ਕਿ ਸਮ ਟਾਈਮਸ ਬਟਾ ਜਿਹੜਾ ਹੈਗਾ ਜਿਹੜਾ ਆਪਣੇ ਕੋਲੇ ਫੀਟਸ ਦੀ ਹੈਲ ਜਿਹੜਾ ਫੀਟਲ ਹੈ ਜਾਂ ਮਦਰ ਹੈਗਾ ਬਟਾ ਮਦਰ ਨੂੰ ਪ੍ਰੋਬਲਮ ਆ ਰਹੀ ਹੈ ਫੀਟਸ ਤੋਂ ਕਹਿੰਦਾ ਮਤਲਬ ਮਦਰ ਦੇ ਲਈ ਹਾਰਮਫੁਲ ਹੋ ਸਕਦਾ ਹੈ ਜੇ ਉਹ ਬੱਚੇ ਨੂੰ ਕੈਰੀ ਕਰੇਗੀ ਜੇ ਉਹ ਪ੍ਰੈਗਨਨਸੀ ਨੂੰ ਕੈਰੀ ਔਨ ਕਰੇਗੀ ਉਸਦੇ ਲਈ ਪ੍ਰੋਬਲਮ ਹੋ ਸਕਦੀ ਹੈ ਇਨ दैट ਕੇਸ ਮਦਰ ਦੀ ਹੈਲਥ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪ੍ਰੈਗਨਨਸੀ ਨੂੰ ਟਰਮੀਨੇਟ ਕਰਨਾ ਪੈ ਸਕਦਾ ਹੈ ਤਾਂ ਉਹਦੇ ਲਈ ਵੀ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨਨਸੀ ਯੂਜ਼ ਕੀਤੀ ਜਾਂਦੀ ਹੈ ਹੁਣ ਬੇਟਾ ਇਹ ਦੋ ਕਾਰਨ ਹੈਗੇ ਨੇ ਜਿਹੜੀ ਬੇਟਾ ਇਹ ਟੈਕਨੀਕ ਹੈਗੀ ਹੈ ਇਹ ਟੈਕਨੀਕ ਜਿਹੜੀ ਹੈਗੀ ਵਿਚ ਇਜ਼ ਯੂਜ਼ਡ ਟੂ ਅਬਾਰਟ ਦਾ ਅਨਵਾਂਟਡ ਪ੍ਰੈਗਨਨਸੀ ਇਸ ਨੂੰ 1971 ਦੇ ਵਿੱਚ ਇੰਡੀਆ ਦੇ ਵਿੱਚ ਲੀਗਲਾਈਜ਼ ਕੀਤਾ ਸੀ ਬਟ ਜਿਹੜਾ ਹੈਗਾ ਬਟ ਇਸ ਨੂੰ ਕਿਤੇ ਮਿਸਯੂਜ਼ ਨਾ ਕਰ ਲਈ ਕਿ ਤੇ ਫੀਮੇਲ ਫੀਟੀਸਾਈਡ ਵੱਲ ਨਾ ਇਹ ਚੱਲ ਜਾਵੇ ਕਿ ਫੀਮੇਲ ਨੂੰ ਐਮਟੀਪੀ ਦੀ ਹੈਲਪ ਲੈ ਕੇ ਕਿਲ ਕਰਨਾ ਸ਼ੁਰੂ ਕਰ ਦਿੱਤਾ ਜਾਵੇ ਇਸ ਨੂੰ ਰੋਕਣ ਦੇ ਲਈ ਕੁਝ ਕ ਰੈਸਟ੍ਰਿਕਸ਼ਨਸ ਵੀ ਇਸ ਤੇ ਲਗਾਈਆਂ ਗਈਆਂ ਨੇ ਇਸ ਨੂੰ ਬਾਕੀ ਬਟਾ ਜਿਹੜਾ ਹੈਗਾ ਉਹ 12 ਵੀਕਸ ਆਫ ਪ੍ਰੈਗਨੈਂਸੀ ਤੱਕ ਹੀ ਅਸੀਂ ਕਰ ਸਕਦੇ ਹਾਂ ਫਸਟ ਟਰਾਈਮੈਸਟਰ ਦੇ ਵਿੱਚ ਕਹਿੰਦਾ ਮਤਲਬ ਪ੍ਰੈਗਨੈਂਸੀ ਨੂੰ ਜੇ ਅਸੀਂ ਤਿੰਨ ਟਰਾਈਮੈਸਟਰ ਚ ਵੰਡਦੇ ਹਾਂ ਪਹਿਲਾ ਟਰਾਈਮੈਸਟਰ ਪਹਿਲੇ ਤਿੰਨ ਮਹੀਨੇ ਦੂਜਾ ਟਰਾਈਮੈਸਟਰ ਅਗਲੇ ਤਿੰਨ ਮਹੀਨੇ ਤੀਸਰਾ ਟਰਾਈਮੈਸਟਰ ਅਗਲੇ ਤਿੰਨ ਮਹੀਨਿਆਂ ਦਾ ਦਾ ਫਰਸਟ ਟ੍ਰਾਈਮੈਸਟਰ ਦੇ ਵਿੱਚ ਜਾਂ ਡਿਊਰਿੰਗ 12 ਵੀਕਸ ਆਫ ਪ੍ਰੈਗਨੈਂਸੀ ਅਸੀਂ ਇਸ ਟੈਕਨੀਕ ਨੂੰ ਯੂਜ਼ ਕਰ ਸਕਦੇ ਹਾਂ ਸੋ ਇਸੀ ਟੈਕਨੀਕ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਨੈਕਸਟ ਵੈਰੀ ਇੰਪੋਰਟੈਂਟ ਟਾਪਿਕ ਇਜ਼ ਸੈਕਸ਼ੂअली ट्रांसमिटेड ਡਿਜ਼ੀਜ਼ ਕੀ ਹੁੰਦੀਆਂ ਨੇ ਇਹ ਸੋ ਜਦੋਂ ਬਟਾ ਸੈਕਸ਼ੂਅਲ ਇੰਟਰਕੋਰਸ ਦੇ ਟਾਈਮ ਤੇ ਜੇ ਕੋਈ ਡਿਜ਼ੀਜ਼ ਟਰਾਂਸਮਿਟ ਹੋ ਜਾਂਦੀ ਹੈ ਇੱਕ 파ਰਟਨਰ ਤੋਂ ਦੂਜੇ 파ਰਟਨਰ ਤੱਕ ਤਾਂ ਅਸੀਂ ਉਹਨਾਂ ਨੂੰ ਸੈਕਸ਼ੂਅਲੀ ਟਰਾਂਸਮਿਟਡ ਡਿਜ਼ੀਜ਼ ਜਾਂ ਵੈਨਰਲ ਡਿਜ਼ੀਜ਼ਸ ਕਹਿੰਦੇ ਹਾਂ ਜੇ ਇਹਨਾਂ ਨੂੰ ਆਰਟੀਆਈ ਰੀਪਰੋਡਕਟਿਵ ਟਰੈਕ ਇਨਫੈਕਸ਼ਨਸ ਵੀ ਬੋਲ ਦਿੰਨੇ ਆ ਇਹਨਾਂ ਦੇ ਵਿੱਚ ਬਟਾ ਗਨੋਰੀਆ ਸਫੇਲਸ ਬਾਕੀ ਐਡਸ ਬਾਰੇ ਤੁਸੀਂ ਸੁਣਿਆ ਛੋਟੀਆਂ ਕਲਾਸਾਂ ਦੇ ਵਿੱਚ ਪੜਿਆ ਹੋਇਆ ਹੈ ਯਾ ਜੀਨੀਟਲ ਵਾਰਟਸ ਹੈ ਸੋ ਹੈਪੇਟਾਈਟਸ ਬੀ ਹੈ ਇਹ ਡਿਜ਼ੀਜ਼ ਜਿਹੜੀ ਹੈਗੀਆਂ ਨੇ ਬਟਾ ਇਹ ਸਾਰੀਆਂ ਸੈਕਸ਼ੂਅਲੀ ਟ੍ਰਾਂਸਮਿਟਿਡ ਡਿਜ਼ੀਜ਼ਸ ਨੇ ਇਹ ਬਟਾ ਇਸ ਦੇ ਵਿੱਚ ਜਿਵੇਂ ਐਚਆਈਵੀ ਦੀ ਅਸੀਂ ਗੱਲ ਕਰੀਏ ਜਾਂ ਹੈਪੇਟਾਈਟਸ ਬੀ ਦੀ ਗੱਲ ਕਰੀਏ ਇਹ ਕੀ ਹੁੰਦਾ ਜੇ ਨੀਡਲਸ ਵਗੈਰਾ ਜਾਂ ਸਰਜਿਕਲ ਇਨਸਟਰੂਮੈਂਟ ਕਾਮਨ ਯੂਜ਼ ਕਰ ਲਈਏ ਬਲੱਡ ਦੀ ਟ੍ਰਾਂਸਫਿਊਜ਼ਨ ਦੇ ਟਾਈਮ ਤੇ ਜਾਂ ਮਦਰ ਨੂੰ ਸਪੋਜ਼ ਐ AIDS ਹੈ ਤਾਂ ਉਸ ਤੋਂ ਫੀਟਸ ਨੂੰ ਹੋ ਜਾਣਾ ਇਹਨਾਂ ਸਭ ਤਰੀਕੇ ਨਾਲ ਬਟਾ ਇਹ ਡਿਜ਼ੀਜ਼ ਸਪਰੈਡ ਹੁੰਦੀ ਹੈ ਬਾਕੀ ਬਟਾ ਜਿਹੜੀਆਂ ਡਿਜ਼ੀਜ਼ ਜਿਹੜੀਆਂ ਹੈਗੀਆਂ ਨੇ ਇਹਨਾਂ ਦੀ ਇਹਨਾਂ ਦਾ ਇਲਾਜ ਹੈਗਾ ਬਟ ਹੈਪਟਾਈਟਸ B HIV ਤੇ ਜੈਨੀਟਲ ਹਰਪਸ ਇਹਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਕਿਊਰੇਬਲ ਨੇ ਜੋ ਉਹਨਾਂ ਦਾ ਸਾਨੂੰ ਸਹੀ ਟਾਈਮ ਦੇ ਉੱਤੇ ਪਤਾ ਲੱਗ ਜਾਂਦਾ ਸੋ ਇਸ ਦੇ ਲਈ ਦੋ ਚੀਜ਼ਾਂ ਇੰਪੋਰਟੈਂਟ ਨੇ ਸੈਕਸੂਅਲੀ ਟ੍ਰਾਂਸਮਿਟਿਡ ਡਿਜ਼ੀਜ਼ ਦੇ ਵਿੱਚ ਸਭ ਤੋਂ ਪਹਿਲੀ ਗੱਲ ਜਿਹੜੀ ਇੰਪੋਰਟੈਂਟ ਆ ਉਹ ਇਹ ਹੈ ਕਿ ਕਿਸ ਟਾਈਮ ਦੇ ਉੱਤੇ ਸਾਨੂੰ ਇਸ ਦਾ ਪਤਾ ਲੱਗਿਆ ਤੇ ਦੂਸਰੀ ਗੱਲ ਹੈ ਕਿ ਕੀ ਅਸੀਂ ਉਦੋਂ ਕੇਅਰ ਕੀਤੀ ਸੋ ਇੱਕ ਤਾਂ ਟਾਈਮਲੀ ਡਿਟੈਕਸ਼ਨ ਤੇ ਦੂਸਰਾ ਹੈ ਪ੍ਰੋਪਰ ਟਰੀਟਮੈਂਟ ਇਹ ਦੋ ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਬੇਟਾ ਇਸ ਦੇ ਵਿੱਚ ਹੁੰਦੀਆਂ ਨੇ ਸੋ ਇਸ ਨੂੰ ਅਵਾਇਡ ਕਰਨ ਦੇ ਲਈ ਜਿਹੜਾ ਹੈਗਾ ਬੇਟਾ ਕੀ ਹੈ ਕਿ ਜੇ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕਿਆ ਕਿ ਬੈਰੀਅਰ ਦੇ ਤੌਰ ਤੇ ਜੋ ਕਾਂਡਮ ਯੂਜ਼ ਕੀਤੇ ਜਾਂਦੇ ਨੇ ਉਹ ਸੈਕਸੂਅਲੀ ట్రాన్స్మిਟਿਡ ਡਿਜ਼ੀਜ਼ਸ ਨੂੰ ਵੀ ਰੋਕਦੇ ਆ ਬੇਟਾ ਸੋ ਇਸੀ ਬਟਾ ਟਾਪਿਕ ਸਾਡਾ ਸੈਕੂਅਲੀ ਟਰਾਂਸਮਿਟਡ ਡਿਜ਼ੀਜ਼ ਹੁਣ ਅਸੀਂ ਬਟਾ ਇਸ ਚੈਪਟਰ ਦੇ ਲਾਸਟ ਟਾਪਿਕ ਵੱਲ ਵੱਧ ਰਹੇ ਹਾਂ ਥੈਟ ਇਜ਼ ਇਨਫਰਟਿਲਟੀ ਇਨਫਰਟਿਲਟੀ ਦਾ ਕੀ ਮਤਲਬ ਹੋਣਾ ਹੈ ਕਿ ਉੱਪਰ ਵਾਲੇ ਜਿੰਨੇ ਵੀ ਅਸੀਂ ਮੈਥਡ ਸੀ ਬੈਰੀਅਰ ਪ੍ਰੋਟੈਕਸ਼ਨ ਸੀ ਜਾਂ ਪਰਮਾਨੈਂਟ ਮੈਥਡ ਸੀਗੇ ਉਹਨਾਂ ਚੋਂ ਕੋਈ ਵੀ ਮੈਥਡ ਯੂਜ਼ ਨਹੀਂ ਕੀਤਾ ਜਾ ਰਿਹਾ ਮਤਲਬ ਜਿਹੜਾ ਕਪਲ ਹੈਗਾ ਉਹ ਕਪਲ ਜਿਹੜਾ ਚਾਹੁੰਦਾ ਹੈਗਾ ਪ੍ਰੈਗਨੈਂਸੀ ਬੇਬੀ ਚਾਹੁੰਦਾ ਬਟ ਉਹ ਸਭ ਦੇ ਬਾਵਜੂਦ ਵੀ ਜਿਹੜਾ ਹੈਗਾ ਬਟਾ ਉਹ ਯੰਗ ਬੰਨ ਨੂੰ ਬਰਥ ਨਹੀਂ ਦੇ ਰਿਹਾ ਉੱਥੇ ਜਿਹੜੀ ਹੈਗੀ ਹੈ ਬਟਾ ਉਹ ਪ੍ਰੈਗਨਨਸੀ ਹੋ ਨਹੀਂ ਰਹੀ ਤਾਂ ਇਸ ਕਪਲ ਨੂੰ ਅਸੀਂ ਇਨਫਰਟਾਈਲ ਕਪਲ ਕਹਾਂਗੇ ਹੁਣ ਇਨਫਰਟਾਈਲ ਕਪਲ ਦੀ ਸਾਡੀ ਸਾਇੰਸ ਕਿਵੇਂ ਹੈਲਪ ਕਰਦੀ ਹੈ ਸਾਡੀ ਸਾਇੰਸ ਹੈਲਪ ਕਰਦੀ ਹੈ ਵਿਦਿ ਹੈਲਪ ਆਫ ਏ ਆਰ ਟੀ ਇਸ ਅਸਿਸਟਡ ਰੀਪਰੋਡਕਟਿਵ ਟੈਕਨੋਲੋਜੀਜ਼ ਅਸਿਸਟਡ ਰੀਪਰੋਡਕਟਿਵ ਟੈਕਨੋਲੋਜੀਜ਼ ਦੇ ਵਿੱਚ ਬਟਾ ਚਾਰ ਟੈਕਨੀਕਸ ਮੈਂ ਤੁਹਾਨੂੰ ਪੜ੍ਹਾਉਣੀਆਂ ਨੇ ਜਿਹੜੀਆਂ ਤੁਹਾਨੂੰ ਸਕਰੀਨ ਦੇ ਉੱਤੇ ਦਿਖਾਈ ਦੇ ਰਹੀਆਂ ਨੇ ਸਭ ਤੋਂ ਪਹਿਲੀ ਜਿਹੜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੈਕਨੀਕ ਹੈ ਥੈਟ ਇਜ਼ ਆਈ ਵੀ ਐਫ in vitro fertilization ibf ਵਾਰੇ ਬਟਾ ਤੁਸੀਂ ਟੀਵੀ ਦੇ ਉੱਤੇ ਅਕਸਰ ਜਿਹੜੀਆਂ ਐਡਸ ਵਗੈਰਾ ਆਉਂਦੀਆਂ ਨੇ ਬਟ ਸਾਨੂੰ ਇਸ ਦੀ ਪ੍ਰੋਪਰ ਜਾਣਕਾਰੀ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ 10+2 ਮੈਡੀਕਲ ਦੇ ਸਟੂਡੈਂਟ ਹੈ। ਦੈਟਸ ਵਾਈ ਵੀ ਮਸਟ ਨੋ ਕਿ ivf ਕੀ ਹੁੰਦਾ ਤੇ ਕਿਸ ਤਰੀਕੇ ਨਾਲ ਬਟਾ ਜਿਹੜਾ ਹੈਗਾ ਇਹ ਜਿਸ ਟੈਕਨੀਕ ਦੇ ਵਿੱਚ ਅਸੀਂ ਕਾਮਨਲੀ ਇਸ ਨੂੰ ਕਹਿੰਦੇ ਕਿ ਟੈਸਟ ਟੂ ਬੇਬੀ ਪ੍ਰੋਗਰਾਮ ਹੈ ਇਹ ਕੰਮ ਕਿਵੇਂ ਕਰਦਾ ਤਾਂ ਹੁਣ ਹੁੰਦਾ ਕੀ ਹੈ ਬਟਾ ਦੇਖੋ ਪ੍ਰੋਬਲਮ ਜਿਹੜੀ ਹੈਗੀ ਸਮ ਟਾਈਮਸ ਫੀਮੇਲ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਫੀਮੇਲ ਦੇ ਵਿੱਚ ਕਿਸ-ਕਿਸ ਤਰੀਕੇ ਨਾਲ ਪ੍ਰੋਬਲਮਸ ਹੋ ਸਕਦੀਆਂ ਨੇ ਜਿਵੇਂ ਇਸ ਤਰੀਕੇ ਨਾਲ ਬੇਟਾ ਪ੍ਰੋਬਲਮ ਹੋ ਸਕਦੀ ਹੈ ਸਾਡੇ ਕੋਲੇ ਕਿ ਕੋਈ ਫੀਮੇਲ ਹੈ ਉਸ ਫੀਮੇਲ ਦੇ ਜਿਹੜੇ ਐਗਸ ਹੈਗੇ ਨੇ ਬੇਟਾ ਉਹ ਐਗਸ ਪ੍ਰੋਡਿਊਸ ਤਾਂ ਹੋ ਰਹੇ ਨੇ ਬਟ ਐਗਸ ਪ੍ਰੋਡਿਊਸ ਹੋ ਕੇ ਫੈਲੋਪੀਅਨ ਟਿਊਬ ਦੇ ਥਰੂ ਯੂਟਰਸ ਤੱਕ ਨਹੀਂ ਹੋ ਪਹੁੰਚ ਰਹੇ ਕਿਉਂਕਿ ਫੈਲੋਪੀਅਨ ਟਿਊਬ ਜਿਹੜੀ ਹੈਗੀ ਹੈ ਬੇਟਾ ਉਸ ਦੀ ਕੀ ਹੈ ਬੰਦ ਹੋਈ ਪਈ ਹੈ ਜੇ ਫਲੋਪੀਅਨ ਟਿਊਬ ਬੰਦ ਹੈਗੀ ਹੈ ਇਹੋ ਜੇ ਕੇਸ ਦੇ ਵਿੱਚ ਬਟਾ ਕੀ ਕੀਤਾ ਜਾ ਸਕਦਾ ਹੈ ਫੀਮੇਲ ਦੀ ਬਾਡੀ ਦੇ ਵਿੱਚੋਂ ਐਗ ਬਾਹਰ ਲਏ ਜਾਂਦੇ ਆ ਮੇਲ ਦੀ ਬਾਡੀ ਦੇ ਵਿੱਚੋਂ ਬਟਾ ਜਿਹੜੇ ਹੈਗੇ ਨੇ ਉਹ ਸਪਰਮ ਲੈ ਲੈ ਜਾਂਦੇ ਨੇ ਮੇਲ ਤੋਂ ਤਾਂ ਇਨ੍ਹਾਂ ਸਪਰਮ ਤੇ ਇਨ੍ਹਾਂ ਐਗਸ ਦੀ ਜਿਹੜੀ ਫਿਊਜ਼ਨ ਹੈਗੀ ਹੈ ਬਟਾ ਉਹ ਫੀਮੇਲ ਦੀ ਬਾਡੀ ਤੋਂ ਬਾਹਰ ਕਰਵਾਈ ਜਾਂਦੀ ਹੈ ਗਲਾਸ ਚੈਂਬਰ ਦੇ ਵਿੱਚ ਕਰਾਈ ਜਾਂਦੀ ਹੈ ਇਸੇ ਕਰਕੇ ਅਸੀਂ ਇਸ ਨੂੰ ਕੀ ਕਹਿੰਦੇ ਆ ਬਟਾ ਇਨ ਵਿਟ੍ਰੋ ਸੋ ਥਿਸ ਇਜ਼ ਇਨ ਵਿਟ੍ਰੋ ਫਰਟੀਲਾਈਜੇਸ਼ਨ ਇਨ ਵਿਟ੍ਰੋ ਫਰਟੀਲਾਈਜੇਸ਼ਨ ਜਦੋਂ ਕਰਵਾ ਦਾਂਗੇ ਤਾਂ ਇੱਥੋਂ ਕੀ ਬਣ ਜੂਗਾ ਬੇਟਾ ਜ਼ਾਈਗੋਟ ਬਣ ਜਾਣਾ ਤਾਂ ਹੁਣ ਜ਼ਾਈਗੋਟ ਕੀ ਫੀਮੇਲ ਦੀ ਬਾਡੀ ਚ ਬਣਿਆ ਨਹੀਂ ਕਿਉਂਕਿ ਫੀਮੇਲ ਦੀ ਬਾਡੀ ਦੇ ਵਿੱਚੋਂ ਤਾਂ ਐਗ ਨੂੰ ਬਾਹਰ ਕੱਢ ਲਿਆ ਸੀ ਤੇ ਮੇਲ ਦੀ ਬਾਡੀ ਚੋਂ ਕਿਹਨੂੰ ਬਾਹਰ ਕੱਢ ਲਿਆ ਸੀ ਸਪਰਮ ਨੂੰ ਇਨ੍ਹਾਂ ਸਪਰਮ ਤੇ ਜ਼ਾਈਗੋਟ ਦਾ ਜਦੋਂ ਬੇਟਾ ਫਿਊਜ਼ਨ ਹੋ ਗਿਆ ਫੀਮੇਲ ਤੇ ਮੇਲ ਦੇ ਜਿਹੜੇ ਐਗਸ ਦਾ ਜਿਹੜਾ ਹੈਗਾ ਬੇਟਾ ਫਿਊਜ਼ਨ ਹੋ ਗਿਆ ਜ਼ਾਈਗੋਟ ਬਣ ਗਿਆ ਹੁਣ ਇਸ ਜ਼ਾਈਗੋਟ ਨੂੰ ਬੇਟਾ ਮਦਰ ਦੀ ਬਾਡੀ ਦੇ ਵਿੱਚ ਟ੍ਰਾਂਸਫਰ ਕਰ ਦੇਣਾ ਹੈ ਜਾਈਗੋਟ ਇੰਟਰਾ ਫੈਲੋਪੀਅਨ ਟਰਾਂਸਫਰ ਜਾਈਗੋਟ ਨੂੰ ਜਿਹੜਾ ਹੈਗਾ ਉਸ ਦੀ ਫੈਲੋਪੀਅਨ ਟਿਊਬ ਦੇ ਵਿੱਚ ਰੱਖ ਦੇਣਾ ਹੈ ਤਾਂ ਇਹ ਜਿਹੜੀ ਹੈਗੀ ਹੈ ਬੇਟਾ ਟੈਕਨੀਕ ਆਈਵੀਐਫ ਹੋ ਗਈ ਇਨ ਵਿਟਰੋ ਫਰਟੀਲਾਈਜੇਸ਼ਨ ਹੋ ਗਈ ਜਾਂ ਟੈਸਟ ਟਿਊਬ ਬੇਬੀ ਪ੍ਰੋਗਰਾਮ ਹੋ ਗਿਆ ਹੁਣ ਪੂਰਾ ਬੇਬੀ ਨਹੀਂ ਟੈਸਟ ਟਿਊਬ ਦੇ ਵਿੱਚ ਡਿਵੈਲਪ ਹੋਇਆ ਟੈਸਟ ਟਿਊਬ ਦੇ ਵਿੱਚ ਕੀ ਹੋਈ ਜਸਟ ਫਰਟੀਲਾਈਜੇਸ਼ਨ ਫਰਦਰ ਡਿਵੈਲਪਮੈਂਟ ਤਾਂ ਫੀਮੇਲ ਦੀ ਬਾਡੀ ਚ ਹੀ ਹੋਣੀ ਹੈ ਠੀਕ ਹੈ ਜਾਂ ਕੀ ਹੋ ਸਕਦਾ ਹੈ ਜਾਈਗੋਟ ਨੂੰ ਫਰਦਰ ਥੋੜਾ ਜਿਹਾ ਡਿਵਾਈਡ ਹੋਣ ਦਿੱਤਾ ਜਾਂਦਾ ਹੈ ਜਦੋਂ ਉਹ ਬਲਾਸਟੋਮੀਅਰ ਸਟੇਜ ਤੇ ਆ ਗਿਆ ਉਦੋਂ ਫੀਮੇਲ ਦੀ ਬੋਡੀ ਚ ਟ੍ਰਾਂਸਫਰ ਕਰਨਾ ਹੁਣ ਯਾਦ ਰੱਖੋ ਜੇ ਤਾਂ ਜ਼ਾਈਗੋਟ ਨੂੰ ਕਰਨਾ ਸੀ ਜ਼ਾਈਗੋਟ ਨੂੰ ਤਾਂ ਫਲੋਪੀਨ ਟਿਊਬ ਚ ਕਰਾਂਗੇ ਕਿਉਂਕਿ ਫਲੋਪੀਨ ਟਿਊਬ ਚੋਂ ਨਹੀਂ ਮੂਵ ਕਰਕੇ ਯੂਟਰਸ ਚ ਆ ਜਾਣਾ ਬਟ ਜੇ ਅਸੀਂ ਬਲਾਸਟੋਮੀਅਰਸ ਨੂੰ ਕਰਾਂਗੇ ਤਾਂ ਬਲਾਸਟੋਮੀਅਰ ਨੂੰ ਸਿੱਧਾ ਯੂਟਰਸ ਚ ਮੇਡਾ ਹੈਗਾ ਟ੍ਰਾਂਸਫਰ ਕਰਨਾ ਪਊਗਾ ਸੋ ਇਹ ਹੈ ਸਭ ਤੋਂ ਪਹਿਲੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੈਕਨੀਕ ਜਿਹਨੂੰ ਟੈਸ ਟਿਊ ਬੇਬੀ ਕਹਿੰਦੇ ਐ ਦਿਸ ਇਜ਼ ਇਨ ਵਿਟ੍ਰੋ ਫਰਟੀਲਾਈਜੇਸ਼ਨ ਥੈਨ ਸੈਕੰਡ ਟੈਕਨੀਕ ਇਜ਼ जीआईएफटी गैमीट इंट्रा फैलोपियन ट्रांसफर ਹੁਣ ਬੇਟਾ ਕਈ ਵਾਰ ਕੀ ਹੈ ਫੀਮੇਲ ਹੈ ਫੀਮੇਲ ਦਾ ਰਿਪਰੋਡਕਟਿਵ ਸਿਸਟਮ ਸਾਰਾ ਸਹੀ ਹੈ ਮਤਲਬ ਕਿ ਉਥੇ ਫਰਟੀਲਾਈਜੇਸ਼ਨ ਵਾਸਤੇ ਫੇਵਰੇਬਲ ਕੰਡੀਸ਼ਨ ਪ੍ਰੋਵਾਈਡ ਕਰ ਸਕਦਾ ਹੈ ਈਵਨ ਇੰਪਲਾਂਟੇਸ਼ਨ ਵੀ ਹੋ ਸਕਦੀ ਬਟ ਪ੍ਰੋਬਲਮ ਇਹ ਹੈ ਕਿ ਉਹ ਫੀਮੇਲ ਜਿਹੜੀ ਹੈਗੀ ਉਸ ਦੇ ਗੈਮੀਟਸ ਸਹੀ ਨਹੀਂ ਹੈਗੇ ਮਤਲਬ ਕਿ ਉਸ ਦਾ ਜਿਹੜਾ ਹੈਗਾ ਓਵਮ ਉਹ ਓਵਮ ਸਹੀ ਨਹੀਂ ਹੈਗਾ ਓਵਮ ਦੀ ਫਰਟੀਲਾਈਜੇਸ਼ਨ ਨਹੀਂ ਹੋ ਰਹੀ ਤਾਂ ਇਹੋ ਜਿਹੇ ਕੇਸਸ ਦੇ ਵਿੱਚ ਬਟਾ ਕੀ ਕਰਨਾ ਹੈ ਇਸ ਤਰ੍ਹਾਂ ਦੇ ਕੇਸਸ ਦੇ ਵਿੱਚ ਕਿਸੇ ਹੋਰ ਫੀਮੇਲ ਤੋਂ ਐਗ ਲੈ ਲੈਣਾ ਉਹ ਫੀਮੇਲ ਹੋਏਗੀ ਡੋਨਰ ਫੀਮੇਲ ਉਸ ਦਾ ਐਗ ਲੈ ਕੇ ਬਟਾ ਇਸ ਫੀਮੇਲ ਦੀ ਬਾਡੀ ਦੇ ਵਿੱਚ ਟ੍ਰਾਂਸਫਰ ਕਰਦੇ ਨੇ ਬਾਕੀ ਜਿਹੜੀ ਹੈਗੀ ਹੈ ਨੈਚੁਰਲ ਇੰਟਰਕੋਰਸ ਤੇ ਨੈਚੁਰਲ ਜਿਹੜੀ ਹੈਗੀ ਹੈ ਫਰਟੀਲਾਈਜੇਸ਼ਨ ਹੋਏਗੀ ਸੋ ਇਹ ਜਿਹੜਾ ਹੈਗਾ ਟੈਸ ਟਿਊਬ ਦੇ ਵਿੱਚ ਫਰਟੀਲਾਈਜੇਸ਼ਨ ਨਹੀਂ ਹੈਗੀ ਸੋ ਥਿਸ ਇਜ਼ ਜੀਆਈਐਫਟੀ ਮੈਂ ਉਮੀਦ ਕਰਦਾ ਤੁਹਾਨੂੰ ਟੈਕਨੀਕ ਬਾਰੇ ਸਮਝ ਲੱਗਿਆ ਹੋਵੇਗਾ। ਦੈਨ ਨੈਕਸਟ ਜਿਹੜਾ ਹੈਗਾ ਬਟਾ ਇੰਟਰੋ ਸਾਈਟ ਇੰਟਰਾ ਸਾਈਟੋਪਲਾਜ਼ਮਿਕ ਸਪਰਮ ਇੰਜੈਕਸ਼ਨ ਇਸ ਦੇ ਵਿੱਚ ਕੀ ਹੈ ਬਟਾ ਸਪਰਮ ਜਿਹੜਾ ਹੈਗਾ ਬਟਾ ਉਹ ਡਾਇਰੈਕਟ ਹੀ ਜਿਹੜਾ ਹੈਗਾ ਓਵਮ ਦੇ ਵਿੱਚ ਸਪਰਮ ਡਾਇਰੈਕਟ ਇੰਜੈਕਟ ਕੀਤਾ ਜਾਂਦਾ ਥਿਸ ਇਜ਼ ਇੰਟਰਾ ਸਾਈਟੋਪਲਾਜ਼ਮਿਕ ਸਪਰਮ ਇੰਜੈਕਸ਼ਨ ਦੈਨ ਨੈਕਸਟ ਇਜ਼ ਆਰਟੀਫੀਸ਼ਲ ਇਨਸੈਮੀਨੇਸ਼ਨ ਹੁਣ ਆਰਟੀਫੀਸ਼ੀਅਲ ਇਨਸੈਮੀਨੇਸ਼ਨ ਦੇ ਵਿੱਚ ਕੀ ਹੈ ਕਿ ਫੀਮੇਲ ਰੀਪਰੋਡਕਟਿਵ ਸਿਸਟਮ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਹੈ ਕੋਈ ਪ੍ਰੋਬਲਮ ਨਹੀਂ ਹੈਗੀ ਫੀਮੇਲ ਰੀਪਰੋਡਕਟਿਵ ਸਿਸਟਮ ਦੇ ਵਿੱਚ ਬਟ ਮੇਲ ਦੇ ਸੀਮਨ ਦੇ ਵਿੱਚ ਜਿਹੜੇ ਸਪਰਮਸ ਨੇ ਉਹ ਸਪਰਮ ਪ੍ਰੋਪਰਲੀ ਜਾਂ ਤਾਂ ਸਪਰਮ ਕਾਊਂਟ ਘਟ ਹੈ ਸਪਰਮ ਕਾਊਂਟ ਘਟ ਹੋਣ ਕਰਕੇ ਉਹ ਜਿਹੜਾ ਹੈਗਾ ਇੰਨੇ ਘਟ ਨੇ ਕਿ ਉਹ ਐਗ ਤੱਕ ਪਹੁੰਚ ਹੀ ਨਹੀਂ ਪਾਉਂਦੇ ਜਾਂ ਸਪਰਮ ਨਾਨ ਮੋਟਾਈਲ ਨੇ ਮਤਲਬ ਕਿ ਮੂਵ ਨਹੀਂ ਕਰ ਸਕਦੇ ਹੈਗੇ ਇਹੋ ਜੇ ਕੇਸ ਦੇ ਵਿੱਚ ਫਿਰ ਕੀ ਕਰਦੇ ਆ ਮੇਲ ਦੇ ਸਪਰਮ ਲੈ ਕੇ ਡਾਇਰੈਕਟਲੀ ਹੀ ਫੀਮੇਲ ਦੀ ਬਾਡੀ ਚ ਟ੍ਰਾਂਸਫਰ ਕਰ ਦਿੱਤੇ ਜਾਂਦੇ ਨੇ ਇੰਟਰਾਯੂਟਰਨ ਇਨਸੈਮੀਨੇਸ਼ਨ ਕਰ ਦਿੱਤੀ ਜਾਂਦੀ ਹੈ ਤਾਂ ਬੇਟਾ ਜਿਹੜਾ ਇਹ ਮੈਥਡ ਹੈ ਦਿਸ ਇਸ ਕਾਲਡ ਆਰਟੀਫੀਸ਼ੀਅਲ ਇਨਸੈਮੀਨੇਸ਼ਨ ਔਰ ਇੰਟਰਾਯੂਟਰਨ ਇਨਸੈਮੀਨੇਸ਼ਨ ਸੋ ਇਹ ਟੈਕਨੀਕਸ ਹੈਗੀਆਂ ਨੇ ਜਿਹੜੀਆਂ ਟੈਕਨੀਕਸ ਬੇਟਾ ਜਿਹੜੀਆਂ ਹੈਗੀਆਂ ਹੈਲਪਫਲ ਹੈਗੀਆਂ ਨੇ ਇਹਨਾਂ ਇਨਫਰਟਾਈਲ ਕਪਲ ਦੇ ਲਈ ਸੋ ਇਹਨਾਂ ਟੈਕਨੀਕਸ ਦਾ ਜਿਹੜਾ ਹੈਗਾ ਬੇਟਾ ਬਹੁਤ ਸਾਰੀਆਂ ਕੰਟਰੀਜ਼ ਦੇ ਵਿੱਚ ਬਹੁਤ ਸਾਰੇ ਲੋਕ ਜਿਹੜਾ ਹੈਗਾ ਬੇਟਾ ਉਹ ਫਾਇਦਾ ਲੈ ਰਹੇ ਨੇ ਸੋ ਇਹ ਬੇਟਾ ਜਿਹੜਾ ਹੈਗਾ ਸੀਗਾ ਸਾਡਾ ਅੱਜ ਦਾ ਚੈਪਟਰ ਜਿਸ ਦੇ ਵਿੱਚ ਬਟਾਸੀ ਰੀਪਰੋਡਕਟਿਵ ਹੈਲਥ ਬਾਰੇ ਪੜਿਆ ਸੋ ਰੀਪਰੋਡਕਟਿਵ ਹੈਲਥ ਨਾਲ ਲਾਸਟ ਦੇ ਵਿੱਚ ਸਾਡਾ ਜਿਹੜਾ ਟਾਪਿਕ ਸੀ ਉਹ ਅਸੀਂ ਕੰਪਲੀਟ ਕੀਤਾ ਹੈ ਬਟਾ ਜੇ ਮੈਂ ਸਮ ਅਪ ਕਰਾਂ ਤਾਂ ਇਸ ਚੈਪਟਰ ਦੇ ਵਿੱਚ ਬਟਾ ਸਾਡੇ ਕੋਲੇ ਚਾਰ ਬਹੁਤ ਜ਼ਿਆਦਾ ਇੰਪੋਰਟੈਂਟ ਟਾਪਿਕ ਰਹੇ ਹੈ ਸਭ ਤੋਂ ਪਹਿਲਾ ਇੰਪੋਰਟੈਂਟ ਜਿਹੜਾ ਟਾਪਿਕ ਸੀ ਬਟਾ ਉਹ ਸੀਗਾ ਸਾਡਾ ਬਟਾ ਕਿ ਕਿਸ ਤਰੀਕੇ ਨਾਲ ਅਸੀਂ ਬਰਥ ਕੰਟਰੋਲ ਕਰਨਾ ਹੈ ਦੂਸਰਾ ਜਿਹੜਾ ਇੰਪੋਰਟੈਂਟ ਟਾਪਿਕ ਹੈ ਦੈਟ ਇਜ਼ ਐਮਟੀਪੀ ਤੀਸਰਾ ਬਟਾ ਹੈ ਸੈਕੂਅਲੀ ਟਰਾਂਸਮਿਟਡ ਡਿਜ਼ੀਜ਼ ਤੇ ਚੌਥਾ ਬਟਾ ਜਿਹੜਾ ਹੈਗਾ ਉਹ ਇਨਫਰਟੀਲਿਟੀ ਯਾਦ ਰੱਖੋ 3 ਨੰਬਰ ਦਾ ਕੁਐਸਚਨ ਆਉਣਾ ਹੈ ਟਾਪਿਕ ਸਿਰਫ 4 ਹੈਗੇ ਨੇ ਸੋ ਬੜਾ ਸੌਖਾ ਹੈ ਮੁਫਤ ਦੇ ਨੰਬਰ ਕੁੱਟ ਸਕਦੇ ਹੋ ਧਿਆਨ ਰੱਖੋ ਬਟਾ ਇਹਨਾਂ ਸਾਰੇ ਟਾਪਿਕਸ ਨੂੰ ਧਿਆਨ ਨਾਲ ਪੜੋ ਲੈਕਚਰ ਨੂੰ ਸੁਣੋ ਉਸ ਤੋਂ ਬਾਅਦ ਦੇ ਵਿੱਚ ਇਸ ਦੇ ਨਾਲ ਰਿਲੇਟਡ ਜੋ ਕੰਮ ਹੈਗਾ ਬਟਾ ਇਸ ਦਾ ਪੀਡੀਐਫ ਵੀ ਤੁਹਾਨੂੰ ਗਰੁੱਪ ਦੇ ਵਿੱਚ ਪ੍ਰੋਵਾਈਡ ਕਰ ਦਿੱਤਾ ਜਾਊਗਾ ਥੈਂਕ ਯੂ ਬਟਾ ਥੈਂਕ ਯੂ ਵੈਰੀ ਮੱਚ